ਵਾਹਿਗੁਰੂ ਸਾਹਿਬ ਜੀ ਹਮ ਅੰਧੁਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾਲੂ ਪਾਤਸ਼ਾਹ ਜੀ ਕੀ ਰਹਿਮਤ ਸਦਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਆਪਾਂ ਸਾਰੇ ਇਕੱਤਰ ਹੋਏ ਹਾਂ ਗੁਰੂ ਕਿਰਪਾਲੂ ਜੀ ਕੀ ਬਾਣੀ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਦਾ ਉਹ ਤੱਤ ਸੱਤ ਪ੍ਰਗਟ ਕਰਦੀ ਹੈ ਪ੍ਰਤੱਖ ਕਰਦੀ ਹੈ ਜਿਹੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਹੰਡਾਇਆ ਔਰ ਕਮਾਇਆ ਦੋ ਖਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਧਿਆਨ ਗੋਚਰੀਆਂ ਗੱਲਾਂ ਨੇ ਕਿਰਪਾਲੂ ਪਾਤਸ਼ਾਹ ਜੀ ਗੁਰੂ ਦੀ ਵਡਿਆਈ ਅਤੇ ਸਿੱਖ ਦੇ ਕਰਤੱਵ ਨੂੰ ਬਹੁਤ ਡਿਫਾਈਨ ਕਰਦੇ ਨੇ ਬੜੇ ਸਹਿਜ ਅਤੇ ਗਹਿਰਾਈ ਦੇ ਵਿੱਚ ਕਿਉਂਕਿ ਦੋਨਾਂ ਦਾ ਸੰਬੰਧ ਇਸ ਰੂਪ ਦੇ ਵਿੱਚ ਹੈ ਇੱਕ ਦੂਜੇ ਦੇ ਨਾਲ ਜੇ ਸਿੱਖ ਮਰਿਆਦਿਤ ਹੁੰਦਾ ਹੈ ਤਾਂ ਗੁਰੂ ਦੀ ਕਿਰਪਾ ਦਾ ਪਾਤਰ ਬਣੇਗਾ ਜਦੋਂ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਗੁਰੂ ਰਹਿਮਤ ਕਰਕੇ ਉਹਨੂੰ ਪਰਮੇਸ਼ਵਰੀ ਤਾਕਤਾਂ ਦੇ ਨਾਲ ਸਰਾਬੋਰ ਕਰੇਗਾ ਯਾਨੀ ਉਹਨੂੰ ਰੱਬ ਦਾ ਰੂਪ ਬਣਾ ਦੇਗਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਸ਼ਬਦਾਂ ਦੇ ਮਾਧਿਅਮ ਰਾਹੀਂ ਸਾਨੂੰ ਇਹੀ ਸਿੱਖਿਆ ਦਿੰਦੇ ਨੇ ਤੋ ਸਾਡਾ ਯਤਨ ਹੈ ਗੁਰੂ ਕਿਰਪਾਲੂ ਜੀ ਕੀ ਬਾਣੀ ਦੇ ਵਿੱਚੋਂ ਹੀ ਉਪਦੇਸ਼ ਨੂੰ ਵਿਚਾਰਨ ਦਾ ਆਪ ਜੀ ਨੇ ਅਸੀਸ ਬਖਸ਼ਿਸ਼ ਕਰਨੀ ਕਿਰਪਾਲੂ ਪਾਤਸ਼ਾਹ ਜੀ ਰਹਿਮਤ ਕਰਨ ਸੱਚੇ ਪਾਤਸ਼ਾਹ ਜੀ ਦਾ ਜਨਮ 24 ਸਤੰਬਰ 1534 ਚੂਨਾ ਮੰਡੀ ਲਾਹੌਰ ਪਿਤਾ ਹਰਿਦਾਸ ਮਾਤਾ ਦਇਆ ਕੌਰ ਜੀ ਦੀ ਕੁੱਖੋਂ ਉਹਨਾਂ ਦੇ ਘਰ ਵਿੱਚ ਹੋਇਆ ਇਤਿਹਾਸ ਦੀਆਂ ਤਰੀਕਾਂ ਤੋਂ ਸਥਾਨਾਂ ਤੋਂ ਅਸੀਂ ਤਕਰੀਬਨ ਬਹੁਤ ਹੱਦ ਤੱਕ ਜਾਣੂ ਹਾਂ ਗੁਰੂ ਸਾਹਿਬ ਜੀ ਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ ਬਾਬਾ ਪ੍ਰਿਥੀ ਚੰਦ ਜੀ ਬਾਬਾ ਮਹਾਂਦੇਵ ਜੀ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਇੱਕ ਗੱਲ ਥੋੜ੍ਹੀ ਧਿਆਨ 'ਚ ਆ ਜਾਂਦੀ ਹੁੰਦੀ ਹੈ ਸੁਭਾਵਿਕ ਹੀ ਗੁਰੂ ਪੁੱਤਰਾਂ ਦੇ ਪ੍ਰਤੀ ਜਦੋਂ ਅਸੀਂ ਲਫਜ਼ ਯੂਜ ਕਰਦੇ ਹਾਂ ਉਹ ਸਤਿਕਾਰਿਤ ਹੋਣੇ ਚਾਹੀਦੇ ਨੇ ਐਵੇਂ ਮਹਿਸੂਸ ਹੁੰਦਾ ਉਹਨਾਂ ਦੀ ਅਪਰੋਚ ਉਹਨਾਂ ਦੇ ਸਮੇਂ 'ਚ ਕਰੀ ਕੀ ਰਹੀ ਹੈ ਇਹ ਵੱਖਰੀ ਗੱਲ ਆ ਜਿਵੇਂ ਬਾਬਾ ਪ੍ਰਿਥੀ ਚੰਦ ਜੀ ਨੇ ਬਹੁਤੀ ਵਾਰੀ ਸੁਣਨ ਨੂੰ ਨੈਗੇਟਿਵ ਅਪਰੋਚ ਮਿਲਦੀ ਆ ਪਰ ਕਿਉਂਕਿ ਉਹ ਗੁਰੂ ਪੁੱਤਰ ਨੇ ਇਸ ਕਰਕੇ ਸਤਿਕਾਰ ਦੇ ਹੱਕਦਾਰ ਨੇ ਬਾਬਾ ਮਹਾਂਦੇਵ ਜੀ ਨੇ ਔਰ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਦੇ ਘਰ ਕਿਸੇ ਦਾ ਆਉਣਾ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ ਤੋ ਕਿਰਪਾਲੂ ਪਾਤਸ਼ਾਹ ਜੀ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਨੇ ਅਸੀਂ ਆਰੰਭ ਦੇ ਵਿੱਚ ਹੀ ਮੰਗਲ ਰੂਪ 'ਚ ਪੰਕਤੀਆਂ ਦਾ ਉਚਾਰਨ ਕੀਤਾ
ਹਮ ਅੰਧੁਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਰਮੇਸ਼ੁਰ ਅੱਗੇ ਅਰਦਾਸ ਕਰਦੇ ਨੇ ਵੀ ਗੁਰੂ ਤੁੱਠੇ ਰਹਿਮਤ ਕਰੇ, ਸਾਨੂੰ ਆਪਣੇ ਪੱਲੇ ਦੇ ਨਾਲ ਲਾ ਲਵੇ, ਆਪਣੇ ਨਾਲ ਜੋੜ ਲਵੇ। ਪੱਲੇ ਦੇ ਨਾਲ ਲਾਣਾ, ਜੋੜ ਲੈਣਾ। ਗੁਰੂ ਜੋੜ ਲਵੇ, ਸਾਨੂੰ ਕੀ ਸਮੱਸਿਆ ਹੈ ਵੀ ਅਸੀਂ ਗੁਰੂ ਦੀ ਇੱਛਾ ਰੱਖਦੇ ਹਾਂ, ਅਸੀਂ ਗੁਰੂ ਦੇ ਨਾਲ ਜੁੜਨ ਦੀ ਜਾਚਨਾ ਕਰਦੇ ਹਾਂ, ਸਾਨੂੰ ਲੋੜ ਕੀ ਹੈ? ਤੋ ਲੋੜ ਆ, ਅਸੀਂ ਅੰਨੇ ਹਾਂ, ਸਾਨੂੰ ਦਿਸਦਾ ਕੁਝ ਨਹੀਂ। ਅੰਦਰਲੇ ਤਲ 'ਤੇ ਇੰਨਾ ਹਨੇਰਾ, ਸੱਚ ਦਾ ਪਤਾ ਨਹੀਂ ਲੱਗਦਾ, ਔਰ ਹਨੇਰੇ 'ਚ ਹਮੇਸ਼ਾ ਟੱਕਰਾਂ ਮਾਰੀਦੀਆਂ ਨੇ, ਇਹ ਅਸੀਂ ਸਾਰੇ ਜਾਣਦੇ ਹਾਂ। ਚਾਨਣ ਹੋ ਜਾਏ, ਪ੍ਰਤੱਖ ਹੋ ਜਾਂਦੀ ਹੈ ਹਰ ਚੀਜ਼। ਤੋ ਅਸੀਂ ਜਿਸ ਹਨੇਰੇ ਵਿੱਚ ਟੱਕਰਾਂ ਮਾਰ ਰਹੇ ਹਾਂ, ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਉਹ ਹਨੇਰਾ ਬਿਖਦਾ ਹੈ, ਉਹ ਹਨੇਰਾ ਵਾਸਨਾਵਾਂ ਦਾ ਹੈ, ਉਹ ਹਨੇਰਾ ਮਾਇਆਵੀ ਹੈ, ਉਹ ਅਗਿਆਨਤਾ ਦਾ ਹੈ। ਵਰਡ ਅਸੀਂ ਕੋਈ ਯੂਜ਼ ਕਰ ਲਈਏ, ਉਹਦਾ ਮਤਲਬ ਅਤੇ ਮਕਸਦ ਇੱਕੋ ਹੀ ਆ ਵੀ ਅੰਦਰ ਹਨੇਰਾ ਹੈ, ਅੰਦਰ ਅਗਿਆਨਤਾ ਹੈ, ਅੰਦਰਲੇ ਤਲ 'ਤੇ ਕੁਝ ਨਜ਼ਰ ਨਹੀਂ ਆਉਂਦਾ। ਮਨੁੱਖ ਬਾਹਰੀ ਤੌਰ 'ਤੇ ਦੋ ਚੀਜ਼ਾਂ ਦੇ ਨਾਲ ਬਹੁਤ ਪ੍ਰਤੱਖ ਦੇਖ ਸਕਦਾ ਹੈ, ਅੱਖਾਂ ਦੇ ਨਾਲ, ਇੰਟੈਂਸ਼ਨ ਦੇ ਨਾਲ, ਧਿਆਨ ਦੇ ਨਾਲ। ਜਿਹੜਾ ਧਿਆਨ ਰੈਸ਼ਨਲੀ ਮਾਇੰਡ ਦੇ ਨਾਲ ਸੰਬੰਧ ਰੱਖਦਾ ਹੈ, ਨੌਲੇਜ ਦੇ ਨਾਲ, ਗਿਆਨ ਦੇ ਨਾਲ। ਜਿਹੜੀਆਂ ਚੀਜ਼ਾਂ ਸਿਰਫ ਗਿਆਨ ਨਾਲ ਸੰਬੰਧ ਰੱਖਦੀਆਂ ਹੁੰਦੀਆਂ ਨੇ, ਸੁਭਾਵਿਕ ਹੀ ਗੱਲ ਖਿਆਲ 'ਚ ਆ ਗਈ, ਆਪ ਜੀ ਦੇ ਸਨਮੁਖ ਰੱਖਾਂ, ਉਹਨਾਂ ਦਾ ਦਾਇਰਾ ਬਹੁਤ ਛੋਟਾ ਹੁੰਦਾ ਹੈ, ਔਰ ਮਨੁੱਖ ਨੂੰ ਫਿਰ ਅੰਤ 'ਚ ਜਾ ਕੇ ਬਹੁਤ ਪਰੇਸ਼ਾਨ ਕਰਦੀਆਂ ਨੇ। ਬਸ ਆਹੀ ਬਿੱਖ ਹੈ। ਇੱਕ ਸਾਇੰਟਿਸਟ ਨੌਜਵਾਨ ਬੱਚੀ ਮੈਂਟਲੀ ਡਿਸਟਰਬ ਹੋ ਗਈ ਕੁਝ ਸਮਾਂ ਪਿੱਛੇ, ਉਹਦੇ ਘਰ ਵਾਲਿਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਤੋ ਸਵਾਲ ਸੀ ਉਹਨਾਂ ਦਾ, ਉਹ ਵੀ ਬਹੁਤ ਪੜ੍ਹੇ ਲਿਖੇ, ਕਹਿੰਦੇ ਨੇ ਵੀ ਉਹ ਤਾਂ ਐਡੀ ਸਿਆਣੀ ਆ, ਐਡੀ ਵਧੀਆ ਸਾਇੰਟਿਸਟ ਆ, ਪਰ ਉਹਦੇ ਪ੍ਰੈਸ਼ਰ ਕੀ ਹੋ ਗਿਆ ਮਾਇੰਡ 'ਤੇ ਵੀ ਰਿਲੀਜਨ ਧਰਮ ਦੇ ਵਿੱਚ, ਸਪਿਰਿਚੁਅਲਿਜ਼ਮ ਦੇ ਵਿੱਚ, ਯੋਗਾ ਦੇ ਵਿੱਚ? ਇੱਧਰ ਲੋਕ ਜ਼ਿਆਦਾਤਰ ਯੋਗਾ ਨੂੰ ਮੈਡੀਟੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਜਾਣਦੇ ਨੇ। ਸਪਿਰਿਚੁਅਲਿਟੀ ਦੇ ਵਿੱਚ ਜਿਹੜੀ ਧਿਆਨ ਦੀ, ਗੁਰੂ ਨਾਨਕ ਸਾਹਿਬ ਜੀ ਦੀ ਥਿਊਰੀ ਆ, ਉਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ, ਸਾਨੂੰ ਵੀ ਘੱਟ ਪਤਾ, ਬਾਹਰਲਿਆਂ ਨੂੰ ਤਾਂ ਕੀ ਹੋਊਗਾ। ਤੋ ਉਹ ਕਹਿੰਦੇ ਵੀ ਕਾਰਨ ਕੀ ਆ? ਗੁਰੂ ਸਾਹਿਬ ਜੀ ਦੇ ਸ਼ਬਦ ਦੇ ਨਾਲ ਇਸ ਚੀਜ਼ ਦਾ ਬਹੁਤ ਸੰਬੰਧ ਆ। ਬਿਖ ਹੈ ਬਿਖਰਾਤੇ, ਬਿਖ ਹੈ ਬਿਖ ਦਾ ਮਤਲਬ ਹੈ ਜਿਹੜੀ ਚੀਜ਼ ਦੇ ਦਾਇਰੇ 'ਚ ਰਹਿ ਕੇ ਮਨੁੱਖ ਉਹਦਾ ਰਸ ਵੀ ਮਾਣੂਗਾ, ਉਹਦਾ ਆਨੰਦ ਵੀ ਮਾਣੂਗਾ, ਉਹਦੇ ਨਾਲ ਜੁੜ ਕੇ ਉਹ ਕੁਝ ਫੀਲ ਵੀ ਕਰੂਗਾ ਅੰਦਰਲੇ ਤਲ 'ਤੇ ਪੋਜ਼ਿਟਿਵ, ਪਰ ਉਹ ਥੋੜ੍ਹ ਚਿਰ ਹੈ, ਉਦੋਂ ਬਾਅਦ ਡਿਸਟਰਬੈਂਸ ਕ੍ਰੀਏਟ ਹੋਏਗੀ ਉਹਦੀ। ਅਕਲ ਜਿਹੜੀ ਹੈ ਉਹ ਕੁਝ ਸਮੇਂ ਅੰਦਰਲੇ ਤਲ 'ਤੇ ਮਨੁੱਖ ਨੂੰ ਬਹੁਤ ਪ੍ਰਵਾਸ ਦਿੰਦੀ, ਕੌਨਫੀਡੈਂਸ ਜਿਹਨੂੰ ਆਪਾਂ ਕਹਿੰਦੇ ਹਾਂ, ਬੰਦਾ ਆਪਣੇ ਆਪ ਨੂੰ ਕਿਸੇ ਬੁਲੰਦੀ 'ਤੇ ਸਮਝਦਾ ਅਕਲ ਦੇ ਪੱਧਰ 'ਤੇ, ਪਰ ਥੋੜ੍ਹੇ ਸਮੇਂ ਬਾਅਦ ਉਹਦਾ ਹੀ ਪ੍ਰਭਾਵ ਉਹਨੂੰ ਖੁਦ ਡਿਸਟਰਬ ਕਰ ਦਿੰਦਾ। ਤੋ ਨੌਜਵਾਨ ਬੱਚੀ, ਉਹਨਾਂ ਵੱਡਿਆਂ ਦਾ ਸਵਾਲ ਵੀ ਜਦੋਂ ਐਡੀ ਸਿਆਣੀ ਹੈ ਤਾਂ ਬੋਝ ਮਾਇੰਡ 'ਤੇ ਪ੍ਰੈਸ਼ਰ ਹੋ ਜਾਣ ਦਾ ਕੀ ਮਤਲਬ ਹੋਇਆ? ਤੋ ਕਾਰਨ ਇਹ, ਗਿਆਨ ਦੇ ਖੇਤਰ ਦੇ ਵਿੱਚ ਜਦੋਂ ਸਿਰਫ ਦਿਮਾਗ ਦੇ ਨਾਲ ਸੋਚਿਆ ਜਾਏਗਾ ਔਰ ਇਹ ਕੋਸ਼ਿਸ਼ ਕੀਤੀ ਜਾਏਗੀ ਵੀ ਇਹਦੇ ਨਾਲ ਚੀਜ਼ ਲੱਭੀ ਜਾ ਸਕਦੀ ਹੈ, ਬੰਦੇ ਨੂੰ ਜਿੱਥੇ ਜਾ ਕੇ ਚੀਜ਼ ਨਾ ਲੱਭੇਗੀ, ਜਿੱਥੇ ਉਹਦੀ ਥਿਊਰੀ ਸਮਝ 'ਚ ਨਾ ਆਏਗੀ, ਜਿੱਥੇ ਜਾ ਕੇ ਉਹਨੂੰ ਸਮਝਣ ਦੇ ਯੋਗ ਨਾ ਹੋਏਗਾ ਜਾਂ ਉਹਦੀ ਉਨੀ ਇੱਕ ਅੰਦਰ ਐਬਿਲਿਟੀ ਨਾ ਹੋਏਗੀ, ਉੱਥੇ ਉਹ ਡਿਸਟਰਬ ਹੋ ਜੂਗਾ। ਔਰ ਡਿਸਟਰਬ ਇਸ ਕਰਕੇ ਹੋਊਗਾ ਵੀ ਮੈਨੂੰ ਸਮਝ ਕਿਉਂ ਨਹੀਂ ਆਉਂਦੀ, ਉਹ ਹਰ ਚੀਜ਼ ਨੂੰ ਇਸ ਰੂਪ ਦੇ ਵਿੱਚ ਵੇਖਦਾ, ਉਹ ਪ੍ਰੈਸ਼ਰਾਈਜ਼ ਕਰਦਾ ਉਸ ਚੀਜ਼ ਨੂੰ। ਜਦੋਂ ਅਸੀਂ ਅੰਦਰਲੇ ਤਲ 'ਤੇ ਆਪਣੀਆਂ ਸੋਚਾਂ ਦੇ ਨਾਲ ਲੜਦੇ ਹਾਂ, ਜਿਹਦਾ ਬਾਹਰਲੇ ਸੰਸਾਰ ਦੇ ਨਾਲ ਕੋਈ ਸੰਬੰਧ ਹੁੰਦਾ, ਉਦੋਂ ਇਨਸਾਨ ਡਿਸਟਰਬ ਹੁੰਦਾ, ਉਂਝ ਡਿਸਟਰਬੈਂਸ ਦਾ ਕੋਈ ਕਾਰਨ ਨਹੀਂ। ਇਸ ਕਰਕੇ ਬਹੁਤੇ ਤੁਸੀਂ ਦੇਖੋਗੇ ਪਿੰਡਾਂ ਦੇ ਵਿੱਚ ਆਮ ਲੋਕ ਜਿਹੜੇ ਹੁੰਦੇ ਨੇ ਨਾ, ਉਹ ਬੇਪਰਵਾਹ ਜਿਹੇ ਹੁੰਦੇ ਨੇ, ਉੱਥੇ ਮਿਲਣਗੇ ਲੋਕ, ਆਪਾਂ ਆਉਂਦੇ ਵੀ ਇਹ ਕਮਲੇ ਨੇ, ਇਹਨਾਂ ਨੂੰ ਸਮਝ ਨਹੀਂ ਹੈਗੀ, ਅਸਲ ਦੇ ਵਿੱਚ ਉਹ ਠੀਕ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੀ
ਇਹ ਅਸੀਂ ਇਹ 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 ਸਾਡੀ ਕੈਟੇਗਰੀ 'ਚ ਨਹੀਂ ਆਉਂਦਾ, ਸਾਡੀ ਯੋਗਤਾ 'ਚ ਨਹੀਂ ਆਉਂਦਾ, ਇਹ ਦੂਜੀ ਚੀਜ਼ ਹੈ, ਛੱਡੋ ਪਰਾਂ, ਆਪਾਂ ਕਿਉਂ ਸਿਰ ਖਪਾਉਣਾ। ਪਰ ਜਿਹੜਾ ਅਕਲ ਵਾਲਾ ਬੰਦਾ ਉਹ ਖਪਾਊਗਾ, ਭਾਵੇਂ ਉਹਨੂੰ ਪਤਾ ਵੀ ਇਹ ਮੇਰਾ ਫੀਲਡ ਨਹੀਂ, ਮੇਰੀ ਸਮਝ 'ਚ ਨਹੀਂ, ਮੈਨੂੰ ਨਹੀਂ ਪਤਾ, ਉੱਥੇ ਮਾਰੂਗਾ ਸਿਰ, ਉਹਦਾ ਸਿਰ ਮਾਰਨਾ ਹੀ ਉਹਦੇ ਅੰਦਰ ਡਿਸਟਰਬੈਂਸ ਦਾ ਕਾਰਨ ਬਣਦਾ। ਤੋ ਇਸ ਰੂਪ 'ਚ ਤੋ ਮਨੁੱਖ ਦੇ ਅੰਦਰ ਜਿਹੜਾ ਬਿਖ ਪਿਆ ਹੈ, ਕਿਸੇ ਰੂਪ ਦੇ ਵਿੱਚ ਆਓ, ਹਨੇਰਾ ਅਗਿਆਨਤਾ ਕਿਸੇ ਰੂਪ ਦੇ ਵਿੱਚ ਮੌਜੂਦ ਆ, ਉਹ ਦੁਖੀ ਕਰੂਗੀ। ਬਸ ਉਹ ਦੁੱਖ ਦੇ ਵਿੱਚ ਫਿਰ ਗੁਰੂ ਦੀ ਲੋੜ ਪਏਗੀ। ਉਸ ਦੁੱਖ ਦੇ ਵਿੱਚ ਉਹਦੇ 'ਚੋਂ ਬਾਹਰ ਨਿਕਲਣ ਵਾਸਤੇ ਫਿਰ ਗੁਰੂ ਚਾਹੀਦਾ, ਕਿਉਂਕਿ ਗੁਰੂ ਤੋਂ ਬਿਨਾਂ ਕੋਈ ਨਹੀਂ ਕੱਢ ਸਕਦਾ। ਗੁਰੂ ਦਾ ਗੁਰੂ ਸ਼ਬਦ ਦਾ ਅਰਥ ਹੀ ਹੈ ਇਹ ਜਿਹੜਾ ਹਨੇਰੇ ਦੇ ਵਿੱਚੋਂ ਕੱਢ ਕੇ ਪ੍ਰਕਾਸ਼ ਦੇ ਵਿੱਚ ਲੈ ਜਾਏ, ਉਹਦਾ ਸ਼ਾਬਦਿਕ ਅਰਥ ਹੀ ਹੈ। ਤੋ ਇੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਸ ਗੁਰੂ ਦੀ ਗੱਲ ਕਰਦੇ ਪਏ ਨੇ ਵੀ ਜਿਹੜੇ ਗੁਰੂ ਨੂੰ ਮਿਲ ਕੇ ਅੰਦਰਲੇ ਤਲ ਦਾ ਜਿਹੜਾ ਹਨੇਰਾ ਹੈ ਉਹ ਦੂਰ ਹੋ ਜਾਏ। ਤੋ ਉਹ ਦੂਰ ਹੋਏਗਾ ਕਿਵੇਂ? ਪਹਿਲਾਂ ਅੰਦਰਲੇ ਤਲ 'ਤੇ ਜਿਹੜਾ ਬਿਖ ਮੌਜੂਦ ਆ, ਜਿਹੜੀ ਅੰਦਰ ਹਨੇਰਾ ਮੌਜੂਦ ਆ, ਉਹਦੇ ਪ੍ਰਤੀ ਅਵੇਅਰਨੈਸ ਲਾਜ਼ਮੀ ਪਤਾ ਹੋਵੇ। ਤੋ ਮਨੁੱਖ ਦੇ ਅੰਦਰ ਹਨੇਰਾ ਹੈ ਔਗੁਣਾਂ ਦਾ। ਗੁਰਬਾਣੀ 'ਚ ਦੋ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਰੂਪ ਦੇ ਵਿੱਚ ਵਰਡ ਯੂਜ਼ ਕੀਤੇ ਨੇ ਜਿਨ੍ਹਾਂ ਦਾ ਸਾਡੇ ਨਾਲ ਬਹੁਤ ਨੇੜੇ ਦਾ ਸੰਬੰਧ ਹੈ। ਇੱਕ ਸਦਗੁਣ ਆ, ਇੱਕ ਔਗੁਣ ਆ, ਗੁਣ ਦਾ ਦੂਜਾ ਹਿੱਸਾ, ਗੁਣ ਤੋਂ ਨੈਗੇਟਿਵ ਅਪਰੋਚ ਜਿਹੜੀ ਹੈ। ਗੁਣ ਸਾਹਿਬ ਕਹਿੰਦੇ ਨੇ ਗੁਰੂ ਕੋਲ ਆ, ਔਗੁਣ ਤਾਂ ਮਾਇਆਵੀ ਸੰਸਾਰ ਦਾ ਗੁਣ ਆ, ਨਲਾਇਕੀ ਜਿਹਨੂੰ ਆਪਾਂ ਕਹਿੰਦੇ ਹਾਂ। ਤੋ ਜਦੋਂ ਸਾਨੂੰ ਨਲਾਇਕੀ ਦੇ ਵਿੱਚ ਜਿਉਂਦਿਆਂ, ਅਗਿਆਨਤਾ ਦੇ ਵਿੱਚ ਜਿਉਂਦਿਆਂ, ਘਾਟ ਦੇ ਵਿੱਚ ਜਿਉਂਦਿਆਂ ਇਹ ਮਹਿਸੂਸ ਹੋਣ ਲੱਗ ਜਾਏ ਵੀ ਇਹ ਬਿਖਾ, ਇਹ ਉਹ ਅਪਰੋਚ ਨਹੀਂ ਹੈਗੀ ਜਿਹੜੀ ਸਾਨੂੰ ਚਾਹੀਦੀ ਹੈ, ਇਹ ਉਹ ਚੀਜ਼ ਨਹੀਂ ਹੈਗੀ ਜਿਹਦੇ ਨਾਲ ਅੰਦਰ ਸਹਿਜ ਜਾਂ ਸ਼ਾਂਤੀ 'ਚ ਜਾਏਗਾ ਜਾਂ ਟਿਕਾ 'ਚ ਜਾਏਗਾ, ਤੋ ਫਿਰ ਭਾਲ ਸ਼ੁਰੂ ਹੋਏਗੀ ਦੂਜੇ ਪਾਸੇ ਦੀ, ਅਧਿਆਤਮਿਕ ਲੈਵਲ 'ਤੇ ਉੱਧਰ ਨੂੰ ਜਾਣਾ ਹੋਏਗਾ, ਗੁਰੂ ਦੀ ਖੋਜ ਆਰੰਭ ਹੋਏਗੀ। ਤੋ ਉਹ ਆ ਪਹਿਲਾਂ ਇਹ ਵਿਖਣਾ ਅੰਦਰ। ਇੱਕ ਸਵਈਆ ਅਸੀਂ ਰੋਜ਼ ਪੜ੍ਹਦੇ ਹਾਂ, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਇਹ ਅੰਦਰ ਵੇਖਣਾ, ਇਹ ਐਕਸਪੀਰੀਅੰਸ ਆ ਜਿਹਦੇ ਨਾਲ ਅੰਦਰ ਵੇਖ ਲਿਆ। ਤੋ ਵੇਖ ਕੇ ਦਿਸਿਆ ਕਿ ਵੀ ਆਪਣੇ ਕੋਲ ਕੋਈ ਗੁਣ ਨਹੀਂ ਹੈਗਾ, ਆਪਣੇ ਪੱਧਰ 'ਤੇ ਆਪਣੇ ਕੋਲ ਜੋ ਵੀ ਖੱਟੀ ਕੀਤੀ ਉਹ ਮੈਲ ਹੀ ਹੈ, ਉਹ ਔਗੁਣ ਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਹੁਣ ਗੁਣ ਅਤੇ ਔਗੁਣ ਇੱਕੇ ਥਾਂ 'ਤੇ ਇੱਕੋ ਹੀ ਸਮੇਂ ਆ ਗਏ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਔਗੁਣ ਅਤੇ ਬੇਅੰਤ ਨੇ, ਬੇਸ਼ੁਮਾਰ ਨੇ, ਅੰਦਰ ਹਨੇਰਾ ਅਤੇ ਬੇਅੰਤ ਆ, ਪਰ ਗੁਣ ਇੱਕ ਵੀ ਨਹੀਂ, ਯਾਨੀ ਅੰਦਰ ਪ੍ਰਕਾਸ਼ ਦੀ ਇੱਕ ਵੀ ਕਿਰਨ ਨਹੀਂ ਹੈਗੀ ਜਿਹਦੇ ਨਾਲ ਕੁਝ ਦਿਸ ਜਾਏ। ਤੋ ਪਹਿਚਾਣ ਕੀ ਹੈ ਵੀ ਵਾਕਿਆ ਹੀ ਹਨੇਰੇ 'ਚ ਹਾਂ, ਵਾਕਿਆ ਹੀ ਔਗੁਣਾਂ ਦੇ ਨਾਲ ਭਰੇ ਹੋਏ ਹਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਦੋ ਚੀਜ਼ਾਂ ਫਿਰ ਅੱਗੇ ਸਾਹਮਣੇ ਪਈਆਂ ਨੇ, ਇੱਕ ਅੰਮ੍ਰਿਤ ਪਿਆ, ਇੱਕ ਬਿਖ ਪਿਆ। ਤੋ ਅਗਿਆਨਤਾ ਦਾ ਕਿੱਥੋਂ ਪਤਾ ਚੱਲਿਆ? ਭੱਟ ਜੀ ਕਹਿੰਦੇ ਨੇ ਅੰਮ੍ਰਿਤ ਵੀ ਪਿਆ, ਬਿਖ ਵੀ ਪਿਆ, ਸਾਡੀ ਚੋਇਸ ਬਿਖ ਆ, ਅਸੀਂ ਚੋਣ ਕਰਦੇ ਹਾਂ ਬਿਖ ਦੀ, ਸਾਡੇ ਅੰਦਰ ਆਹੀ ਅਗਿਆਨਤਾ ਹੈ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਹੋਰ ਇਹਦੀ ਪਹਿਚਾਣ, ਮਾਇਆ ਮੋਹ ਭਰਮ ਪੈ ਭੂਲੇ। ਇਸ ਤੋਂ ਅੱਗੇ ਵੀ ਹੈ, ਮਾਇਆ ਵੀ ਸੰਸਾਰ ਦੇ ਵਿੱਚ ਇੰਨੇ ਭ੍ਰਮਿਤ ਹੋਏ ਪਏ ਹਾਂ, ਇੰਨੇ ਭਰਮ 'ਚ, ਭਰਮ 'ਚ ਮਤਲਬ ਜੋ ਹਕੀਕਤ ਆ ਉਹ ਨਹੀਂ ਨਜ਼ਰ ਆ ਰਹੀ, ਜੋ ਨਜ਼ਰ ਆ ਰਿਹਾ ਉਹਦੇ ਨਾਲ ਆਪਣਾ ਰਿਲੇਸ਼ਨ ਬਣਾ ਲਿਆ, ਪਰ ਉਹ ਹਕੀਕਤ ਹੈ ਨਹੀਂ। ਇਸ ਕਰਕੇ ਜਿਹੜੀ ਚੀਜ਼ ਹਕੀਕਤ ਨਾ ਹੋਏਗੀ ਉਹ ਬਾਅਦ 'ਚ ਡਿਸਟਰਬ ਕਰ ਦੂਗੀ, ਉਹ ਮਾਇੰਡ 'ਤੇ ਪ੍ਰੈਸ਼ਰ ਬਣਾਊਗੀ, ਉਹ ਦੁਖੀ ਕਰੂਗੀ। ਮਾਇਆ ਮੋਹ, ਤੋ ਮਾਇਆ ਕਿਸ ਰੂਪ ਦੇ ਵਿੱਚ ਪ੍ਰਭਾਵੀ ਹੋ ਰਹੀ ਹੈ? ਮੋਹ ਦੇ ਰੂਪ ਦੇ ਵਿੱਚ। ਮੋਹ ਚੀਜ਼ ਬਣਦੀ ਹੈ, ਮੋਹ ਜਿਹੜਾ ਨਾ ਬੰਨਦਾ, ਜੋੜਦਾ, ਰਿਲੇਸ਼ਨ ਬਣਾਉਂਦਾ,
ਔਰ ਜਦੋਂ ਕਿਸੇ ਨਾਲ ਰਿਲੇਸ਼ਨ ਬਣੇ ਫਿਰ ਉਹਦੀ ਉਹਦੇ ਅੰਦਰ ਦੀ ਮੈਲ ਨਹੀਂ ਦਿਸਦੀ ਹੁੰਦੀ। ਮਨੁੱਖ ਉਹਦੀ ਪੋਜ਼ਿਟਿਵਿਟੀ ਵੇਂਦਾ, ਉਹਦੀ ਮੂਰਖਤਾਈ ਵਾਸਤੇ, ਉਹਦੇ ਔਗੁਣਾਂ ਵਾਸਤੇ ਵੀ ਉਹ ਡਿਫੈਂਸ ਦੇ ਰੂਪ ਦੇ ਵਿੱਚ ਉਹਦੇ ਨਾਲ ਖੜ ਜਾਏਗਾ। ਤੋ ਇਹ ਹੈ ਮਾਇਆ ਦਾ ਮੋਹ, ਮਾਇਆ ਮੋਹ ਭਰਮ ਪੈ ਭੁੱਲ, ਇਹ ਭਰਮ ਆ ਪਰ ਇਹਦੇ ਵਿੱਚ ਅਸੀਂ ਪਏ ਹੋਏ ਹਾਂ। ਭੁੱਲੇ, ਭੁੱਲੇ ਦਾ ਮਤਲਬ ਆ ਵੀ ਸਫ਼ਰ 'ਤੇ ਤੈਅ ਕੀਤਾ ਜਾ ਰਿਹਾ, ਤੁਰੇ 'ਤੇ ਜਾ ਰਹੇ ਹਾਂ ਕਿਸੇ ਪਾਸੇ ਨੂੰ, ਪਰ ਕੋਈ ਸੋਝ ਹੀ ਨਹੀਂ ਵੀ ਇਹ ਰਾਹ ਕਿੱਧਰ ਲੈ ਕੇ ਜਾਏਗਾ। ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਹੁਣ ਮੋਹ ਨੂੰ ਜਦੋਂ ਡਿਫਾਈਨ ਕੀਤਾ ਭੱਟ ਜੀ ਨੇ, ਉਹਨਾਂ ਸੁੱਤ ਅਤੇ ਦਾਰਾ ਕਹਿਤਾ, ਸੁੱਤ ਪੁੱਤਰ ਦਾਰਾ ਇਸਤਰੀ, ਤੋ ਇਹਦਾ ਮਤਲਬ ਫੈਮਿਲੀ ਦਾ ਬਹੁਤ ਨੇੜੇ ਦਾ ਰਿਲੇਸ਼ਨ। ਤੋ ਜਦੋਂ ਇੰਨੀ ਅੰਦਰ ਅਗਿਆਨਤਾ ਦੀ ਹਨੇਰਗਰਦੀ ਦਾ ਇਲਮ ਹੋਵੇ, ਸਾਡੀ ਦ੍ਰਿਸ਼ਟ ਜਾਏ ਉੱਥੇ ਧਿਆਨ ਵਾਲੀ, ਤੋ ਫਿਰ ਬਾਬਾ ਅਸੀਂ ਕੀ ਕਰੀਏ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਹੁਣ ਗੁਰੂ ਦੀ ਲੋੜ ਆ, ਫਿਰ ਗੁਰੂ ਦਿਸੇਗਾ ਹੀ ਉਦੋਂ। ਬਹੁਤੀ ਵਾਰੀ ਅਸੀਂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਜਦੋਂ ਗੁਰਬਾਣੀ ਦੇ ਵਿਚਾਰ ਵਿੱਚ ਉਤਰਨੇ ਹਾਂ ਤੋ ਐਵੇਂ ਮਹਿਸੂਸ ਹੁੰਦਾ ਹੈ, ਬਹੁਤ ਵਾਰੀ ਕਈ ਸ਼ਬਦਾਂ ਦੇ ਵਿੱਚ ਇਹ ਗੱਲ ਬਹੁਤ ਕਲੀਅਰ ਆ ਵੀ ਜਿੰਨਾ ਚਿਰ ਤੱਕ ਅੰਦਰ ਅਗਿਆਨਤਾ ਨਹੀਂ ਦਿਸੀ, ਜਿੰਨਾ ਚਿਰ ਤੱਕ ਅੰਦਰ ਹਨੇਰਾ ਨਹੀਂ ਦਿਸਿਆ, ਜਿੰਨੇ ਚਿਰ ਤੱਕ ਅੰਦਰ ਦਾ ਜਿਹੜਾ ਸਾਡਾ ਆਪਣੀ ਅਕਸ ਆ, ਸਾਡੀ ਆਪਣੀ ਪਹਿਚਾਣ ਆ, ਸਾਨੂੰ ਉਹਦਾ ਨਹੀਂ ਪਤਾ ਲੱਗਾ, ਅਸੀਂ ਗੁਰੂ ਦੀ ਮੰਗ ਕਰ ਹੀ ਨਹੀਂ ਸਕਦੇ। ਸਾਡੇ ਅੰਦਰ ਇਹ ਸਵਾਲ ਹੀ ਨਹੀਂ ਪੈਦਾ ਹੋਣਾ ਵੀ ਸਾਨੂੰ ਗੁਰੂ ਚਾਹੀਦਾ, ਵੀ ਅਸੀਂ ਪ੍ਰਕਾਸ਼ ਵਾਲੇ ਪਾਸੇ ਜਾਣਾ, ਅਸੀਂ ਚਾਨਣ ਵਾਲੇ ਪਾਸੇ ਜਾਣਾ, ਇਹ ਗੱਲ ਸਵਾਲ ਹੀ ਨਹੀਂ ਪੈਦਾ ਹੋਊਗਾ। ਬਹੁਤ ਸਾਰੀਆਂ ਚੀਜ਼ਾਂ ਦਾ ਐਕਸਪੀਰੀਅੰਸ ਸਾਨੂੰ ਸੰਸਾਰ ਦੇ ਵਿੱਚ ਜਾ ਕੇ ਹੁੰਦਾ, ਲੋਕਾਂ ਦੇ ਵਿੱਚ, ਉਹ ਕਿਤਾਬਾਂ 'ਚ ਨਹੀਂ ਹੁੰਦੀਆਂ ਚੀਜ਼ਾਂ, ਉਹ ਦੁਨੀਆਂ ਦੇ ਵਿੱਚ ਪਈਆਂ ਨੇ। ਸਕੂਲ ਦੇ ਵਿੱਚ ਸਟੂਡੈਂਟਸ ਨੇ 99% ਮੀਟ ਖਾਣ ਵਾਲੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਮੀਟ ਖਾਂਦੇ ਨੇ। ਜਦੋਂ ਉਹ ਇਹ ਸੋਚਦੇ ਨੇ ਨਾ ਵੀ ਤੁਸੀਂ ਵੈਜੀਟੇਰੀਅਨ ਹੋ, ਵੀ ਤੁਸੀਂ ਸਿਰਫ ਫਲ ਫਰੂਟ ਖਾਂਦੇ ਹੋ, ਤੁਸੀਂ ਸਿਰਫ ਸਬਜ਼ੀਆਂ, ਉਹ ਹੈਰਾਨ ਹੀ ਰਹਿ ਜਾਂਦੇ ਵੀ ਤੁਸੀਂ ਜਿਉਂਦੇ ਕਿਵੇਂ ਹੋ, ਜਦਕਿ ਦੋਵੇਂ ਹਕੀਕਤਾਂ ਹੁਣ ਸਾਰੀ ਰੂਪ ਦੁਨਿਆਵੀ ਪੱਧਰ 'ਤੇ ਬਿਲਕੁਲ ਸਾਹਮਣੇ ਨੇ, ਸਾਰੀ ਦੁਨੀਆ ਜਾਣਦੀ ਹੈ ਵੀ ਜੀਆ ਜਾ ਸਕਦਾ ਇੰਡੀਆ ਦੇ ਵਿੱਚ, ਤਾਂ ਜਿਉਣ ਹਵਾ ਖਾ ਕੇ ਜਿਉਂਦੇ ਨੇ ਹਵਾ, ਸਾਧੂਆਂ ਦੀ, ਜੇ ਸਾਧੂਆਂ ਦੀ ਜਿਹੜੀ ਰਿਲੀਜੀਅਸ ਟ੍ਰੀਟਮੈਂਟ, ਉਹਨਾਂ ਨੂੰ ਤਾਂ ਕਿੰਨਾ ਕਿੰਨਾ ਚਿਰ ਤਾਂ ਭੁੱਖ ਹੀ ਨਹੀਂ ਲੱਗਦੀ, ਕਿੰਨੇ ਸਮਾਧੀਆਂ 'ਚ ਹੀ ਰਹਿੰਦੇ ਨੇ, ਉਹ ਪੌਣ ਹਾਰੀ ਜਿਹਨੂੰ ਕਹਿੰਦੇ ਨੇ, ਕਿਉਂਕਿ ਪੌਣ ਮੀਨਸ ਹਵਾ, ਹਵਾ ਦੇ ਵਿੱਚ ਵੀ ਇੰਨੇ ਐਲੀਮੈਂਟਸ ਨੇ, ਇੰਨੇ ਤੱਤ ਨੇ ਸਾਡੇ ਸਰੀਰ ਨੂੰ ਜਿਉਂਦਾ ਰੱਖਣ ਵਾਲੇ, ਉਹ ਫਿਰ ਉਹਨਾਂ ਸਾਧੂਆਂ ਨੂੰ ਹੀ ਪਤਾ ਹੁੰਦਾ, ਬਸ ਉਹ ਹੀ ਲੈਂਦੇ ਨੇ, ਉਹ ਸਾਨੂੰ ਲੋੜ ਪੈਂਦੀ ਹੈ ਬਾਹਰੀ ਤੌਰ 'ਤੇ। ਤੋ ਉੱਥੇ ਇਹ ਆ, ਤੋ ਉੱਥੋਂ ਇੱਕ ਗੱਲ ਕਈ ਵਾਰੀ ਖਿਆਲ 'ਚ ਆਉਂਦੀ ਹੈ ਵੀ ਅਗਿਆਨਤਾ ਕਿੱਡੇ ਵੱਡੇ ਪੱਧਰ ਦੀ ਹੈ ਇਨਸਾਨ ਦੇ ਵਿੱਚ। ਯਕੀਨਨ ਜਦੋਂ ਉਹ ਬੰਦੇ ਮੈਡੀਟੇਸ਼ਨ 'ਚ ਜਾਣਗੇ, ਕਿਸੇ ਦਿਨ ਵੀ ਜਾਣ, ਉਹ ਸਭ ਕੁਝ ਛੱਡ ਦੇਣਗੇ। ਮੈਂ ਇਹੋ ਜਿਹੇ ਬਹੁਤ ਸਾਰੇ ਐਕਸਪੀਰੀਅੰਸਡ ਪੁਰਖਾਂ ਬਾਰੇ ਪੜ੍ਹਿਆ ਜਾਂ ਕਈ ਵਾਰੀ ਸੁਣੀਦਾ ਵਿਚਾਰ, ਜਿਨ੍ਹਾਂ ਨੇ ਜ਼ਿੰਦਗੀ ਨੂੰ ਪਹਿਲਾਂ ਕਿਸੇ ਹੋਰ ਨਜ਼ਰੀਏ ਤਰੀਕੇ ਨਾਲ ਜੀਵਿਆ, ਪਰ ਜਦੋਂ ਉਹ ਸਪਿਰਿਚੁਅਲ ਲਾਈਫ ਦੇ ਵਿੱਚ ਆਏ, ਉਹਨਾਂ ਸਭ ਕੁਝ ਛੱਡ ਦਿੱਤਾ। ਸਪਿਰਿਚੁਅਲ ਲਾਈਫ ਦੀ ਇਹ ਮੰਗ ਨਹੀਂ ਸੀ ਵੀ ਤੂੰ ਛੱਡ, ਉਹਨਾਂ ਨੂੰ ਉੱਥੇ ਆ ਕੇ ਮਹਿਸੂਸ ਹੋਇਆ ਵੀ ਇੱਥੇ ਐਂਟਰ ਹੀ ਤਾਂ ਹੋਇਆ ਜਾ ਸਕਦਾ ਜੇ ਅੰਦਰ ਉਨੀ ਸਹਿਜਤਾ ਹੋਏ, ਉਨੀ ਨੈਚੁਰਲਿਟੀ ਹੋਏ, ਉਨਾ ਸਹਿ ਸੁਭਾਅ ਹੀ ਅੰਦਰ ਸਭ ਕੁਝ ਹੋਵੇ ਚੱਲਦਾ। ਜਿਵੇਂ ਨੇਚਰ ਚੱਲਦੀ ਪਈ ਨਾ ਬਾਹਰ, ਪ੍ਰਕਿਰਤੀ ਕੁਦਰਤ, ਐਵੇਂ ਸਰੀਰ ਕੁਦਰਤੀ ਉਵੇਂ ਜਿਉਣਾ ਸਿੱਖੇ ਪਹਿਲਾਂ, ਫਿਰ ਰੂਹ ਜਿਹੜੀ ਆ ਉਹ ਸ਼ਬਦ ਦੇ ਨਾਲ ਕਿਤੇ ਨਾ ਕਿਤੇ ਜੁੜੂਗੀ, ਫਿਰ ਮਨ ਉਸ ਪਾਸੇ ਨੂੰ ਜਾਊਗਾ। ਜਿਹੜੀਆਂ ਦੂਜੀਆਂ ਅਪਰੋਚਿਸ ਨੇ ਨੈਗੇਟਿਵ ਕਿਸੇ ਰੂਪ ਦੇ ਵਿੱਚ ਹੋਈਆਂ ਜਿਹਨੂੰ ਅਸੀਂ ਇੰਜੋਏ ਕਰਦੇ, ਉਹ ਦਿੱਕਤ ਕਰਦੀਆਂ ਨੇ ਖੜੀ। ਤਾਂ ਮਹਾਰਾਜ ਕਹਿੰਦੇ ਨੇ ਵੀ ਉੱਥੇ ਹਨੇਰਾ ਹੈ, ਉੱਥੇ ਦੁੱਖ ਆ, ਉੱਥੇ ਡਿਸਟਰਬੈਂਸ ਆ, ਉਹਦੇ ਵਿੱਚੋਂ ਬਾਹਰ ਨਿਕਲਣਾ ਪਹਿਲਾਂ ਉਹਦਾ ਗਿਆਨ ਹੋ ਜਾਣਾ ਬਹੁਤ ਲਾਜ਼ਮੀ, ਪਹਿਲਾਂ ਉਹਦਾ ਪਤਾ ਹੋ ਜਾਣਾ ਬਹੁਤ ਲਾਜ਼ਮੀ ਹੈ ਵੀ ਆਹ ਹੈਗੀ ਹੈ ਵੱਡੀ ਵੱਡੀ ਬਿਮਾਰੀ ਅੰਦਰ, ਫਿਰ ਡਾਕਟਰ ਲੱਭਾਂਗੇ। ਤੋ ਫਿਰ ਡਾਕਟਰ ਕਿੱਥੇ ਆ? ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਇੱਕ ਰਾਹ ਦਾ ਪਤਾ ਲੱਗਾ, ਔਰ ਉਹ ਰਾਹ ਕਿੱਧਰ ਜਾਂਦਾ ਹੈ? ਗੁਰੂ ਵੱਲ।
ਪਰ ਉਹ ਰਾਹ ਦੇ ਵਿੱਚ ਸਿਰਫ ਗੁਰੂ ਦੀ ਭੁੱਖ ਵਾਲੇ ਲੋਕ ਨੇ ਜਿਨ੍ਹਾਂ ਨੂੰ ਸਿਰਫ ਗੁਰੂ ਚਾਹੀਦਾ, ਉਹ ਹੈ ਗੁਰਸੰਗਤ। ਉੱਥੇ ਉਹੀ ਰੂਹਾਂ ਬੈਠੀਆਂ ਨੇ ਜਿਹਨੂੰ ਗੁਰੂ ਦੀ ਭੁੱਖ ਆ, ਦੂਜਾ ਨਹੀਂ ਕੋਈ ਦੂਜਾ। ਜਿਹਦੀ ਜਿਵੇਂ ਜਿਵੇਂ ਦੀ ਭੁੱਖ ਆ ਉੱਥੇ ਉੱਥੇ ਤੁਹਾਨੂੰ ਉਹ ਦਿਸੂਗਾ, ਉੱਥੇ ਹੀ ਨਜ਼ਰ ਆਊਗਾ। ਬਹੁਤ ਪੜਾਕੇ ਜਿਹੜੇ ਹੁੰਦੇ ਨੇ ਉਹ ਤੁਹਾਨੂੰ ਲਾਇਬ੍ਰੇਰੀਆਂ 'ਚ ਮਿਲਣਗੇ, ਕੁਦਰਤੀ। ਜੇ ਲਾਇਬ੍ਰੇਰੀ ਬਾਹਰ ਸ਼ਹਿਰ 'ਚ ਹੋਵੇ ਜਾਂ ਉਹਨਾਂ ਦੇ ਘਰ ਹੋਊਗੀ, ਜਦੋਂ ਤੁਸੀਂ ਜਾਓਗੇ ਉਹ ਤੁਹਾਨੂੰ ਆਪਣੀਆਂ ਕਿਤਾਬਾਂ ਨਾਲ ਮਿਲਣਗੇ, ਕਿਉਂਕਿ ਉਹ ਉੱਥੇ ਉਹ ਖੋਜੀ ਨੇ ਨਾ। ਖੋਜੀ ਕੋਈ ਇਨਸਾਨ ਹੋਵੇ, ਹਰ ਸਮੇਂ ਜਿਸ ਪ੍ਰੋਫੈਸ਼ਨ ਦੇ ਵਿੱਚ ਆਓ ਤੁਹਾਨੂੰ ਉਸੇ ਚੀਜ਼ ਦੇ ਨਾਲ ਜੁੜਿਆ ਉਹ ਨਜ਼ਰ ਆਊਗਾ। ਅਤੇ ਜੇ ਉਹ ਜੁੜਿਆ ਨਹੀਂ ਫਿਰ ਸਮਝੋ ਵੀ ਉਹ ਖੋਜੀ ਵੀ ਨਹੀਂ ਹੈਗਾ। ਤੋ ਜਿਨ੍ਹਾਂ ਨੂੰ ਗੁਰੂ ਦੀ ਖੋਜ ਆ, ਇਸ ਪਾਸੇ ਤੁਰੇ ਨੇ, ਉਹ ਸੰਗਤ ਲੱਭਣਗੇ। ਸੰਗਤ ਜੀਆਂ ਦੀ ਭੀੜ ਨਹੀਂ, ਸੰਗਤ ਆ ਉਹ ਮਾਹੌਲ ਜਿੱਥੇ ਗੁਰੂ ਦੀ ਗੱਲ ਹੋਵੇ, ਜਿੱਥੇ ਰੱਬ ਦੀ ਗੱਲ ਹੋਵੇ। ਜਦੋਂ ਆਪਣੇ ਅੰਦਰ ਬਹੁਤ ਜ਼ਿਆਦਾ ਹਨੇਰਾ ਹੋਵੇ, ਅੰਦਰ ਬਹੁਤ ਜ਼ਿਆਦਾ ਰੌਲਾ ਹੋਵੇ, ਤੋ ਨਾ ਲੱਭੀ ਜਾ ਸਕੇ ਆਪਣੀ ਸੰਗਤ ਆਪਣੇ ਅੰਦਰ, ਆਪਣੇ ਅੰਦਰ ਆਪਣਾ ਗੁਰੂ ਨਹੀਂ ਲੱਭਿਆ ਜਾਂਦਾ, ਆਪਣੇ ਅੰਦਰ ਸ਼ਬਦ ਨਹੀਂ ਪਤਾ ਲੱਗਦਾ, ਫਿਰ ਉਹਨਾਂ ਦੀ ਭਾਲ ਸ਼ੁਰੂ ਹੋ ਜਾਂਦੀ ਜਿਨ੍ਹਾਂ ਨੇ ਉਹਦੇ ਨਾਲ ਜੁੜੇ ਰਹਿੰਦੇ ਨੇ। ਉਹਨਾਂ ਕੋਲ ਜਾਓ, ਬੈਠਾਂਗੇ ਨਾ ਥੋੜ੍ਹਾ, ਫਿਰ ਉਹ ਉੱਧਰੋਂ ਹੱਲਾਸ਼ੇਰੀ ਮਿਲ ਜਾਂਦੀ। ਟ੍ਰੇਨ 'ਤੇ ਜਾਂਦਿਆਂ ਡਾਊਨ ਟਾਊਨ ਐਂਟਰ ਹੋਣ ਤੋਂ ਪਹਿਲਾਂ ਇੱਕ ਵੱਡਾ ਸਾਰਾ ਬੋਰਡ ਲੱਗਿਆ ਉੱਥੋਂ, ਉਹਦੇ ਉੱਤੇ ਲਿਖਿਆ ਇਫ ਯੂ ਫੀਲ ਡਰਟੀ ਦੈਨ ਯੂ ਕਮ ਹੇਅਰ। ਵੀ ਜੇ ਤੁਸੀਂ ਆਪਣੇ ਅੰਦਰ ਗੰਦਗੀ ਮਹਿਸੂਸ ਕਰ ਰਹੇ ਹੋ, ਅੰਦਰ ਤਕਲੀਫ ਮਹਿਸੂਸ ਕਰ ਰਹੇ ਹੋ, ਅੰਦਰ ਬਿੱਖ ਮਹਿਸੂਸ ਕਰਦੇ ਹੋ, ਤੁਸੀਂ ਸਾਡੇ ਕੋਲ ਆਓ। ਉਹ ਰੋਜ਼ ਜਦੋਂ ਜਾਈਦਾ ਨਾ, ਉਹ ਕਈ ਵਾਰੀ ਮੈਂ ਪੜ੍ਹਿਆ, ਫਿਰ ਆਪਣੇ ਤਰੀਕੇ ਨਾਲ ਸੋਚਣ ਲੱਗ ਗਿਆ ਵੀ ਇਹਦਾ ਮਤਲਬ ਕੀ ਆ। ਵੀ ਡਰਟੀ ਦਾ ਮਤਲਬ, ਫੀਲ ਡਰਟੀ ਦਾ ਮੀਨ ਦੈਟ ਮੀਨਸ ਵੀ ਤੁਸੀਂ ਅੰਦਰ ਕੁਝ ਨੈਗੇਟਿਵ ਅਪਰੋਚ ਤੁਹਾਨੂੰ ਤੰਗ ਕਰਦੀ ਹਰ ਸਮੇਂ। ਤੋ ਜੇ ਤੁਹਾਡੇ ਅੰਦਰ ਐਵੇਂ ਦੀ ਕੋਈ ਹਾਲਾਤ ਨੇ ਤੁਸੀਂ ਸਾਡੇ ਕੋਲ ਆਓ, ਉਹ ਕੀ ਕਰਨਗੇ ਫਿਰ, ਸਾਡੇ ਮਾਇੰਡ ਦਾ ਐਟਮੋਸਫੇਅਰ ਚੇਂਜ ਕਰਨਗੇ। ਪਹਿਲਾਂ ਸਾਡੀ ਸਾਰਾ ਐਗਜ਼ਾਮਿਨ ਕਰਨਗੇ, ਜਿਵੇਂ ਅਲਟਰਾਸਾਊਂਡ ਕਰਦੇ ਨੇ ਨਾ, ਇਹ ਮਾਇੰਡ ਦਾ ਅਲਟਰਾਸਾਊਂਡ ਕਰਦੇ ਨੇ। ਫਿਰ ਪੁੱਛਣਗੇ, ਹਰ ਗੱਲ ਪੁੱਛਣਗੇ, ਕੀ ਸੋਚਦੇ ਹੋ, ਕੀ ਪੜ੍ਹਦੇ ਹੋ, ਕੀ ਖਾਂਦੇ ਹੋ, ਕਿੱਥੇ ਰਹਿੰਦੇ ਹੋ, ਦੋਸਤ ਕਿਵੇਂ ਦੇ ਨੇ, ਖਾਣਾ ਕਿਵੇਂ ਦਾ। ਮੈਂ ਪਹਿਲੀ ਵਾਰੀ ਡਾਕਟਰ ਕੋਲ ਗਿਆ ਇੱਥੇ, ਮੈਨੂੰ ਉਹਦਾ ਪਹਿਲਾ ਸਵਾਲ ਸੀ, ਤੁਸੀਂ ਕਹਿੰਦਾ ਖਾਂਦੇ ਕੀ ਹੋ, ਐਲੋਪੈਥਿਕ ਆ ਉਹ, ਐਲੋਪੈਥ, ਪਰ ਉਹਦਾ ਸਵਾਲ ਸੀ ਵੀ ਤੁਸੀਂ ਖਾਂਦੇ ਕੀ। ਹੋਮਿਓਪੈਥ ਕੋਲ ਜਾਓਗੇ ਤੁਸੀਂ, ਉਹਦਾ ਪਹਿਲਾ ਸਵਾਲ ਹੋਏਗਾ ਤੁਸੀਂ ਖਾਂਦੇ ਕੀ ਹੋ। ਮੈਂ ਜੀ ਵੈਜੀਟੇਰੀਅਨ, ਕਦੀ ਕਹਿੰਦਾ ਮੀਟ ਨਹੀਂ ਖਾਧਾ। ਮੈਂ ਨਹੀਂ ਜੀ, ਹੁਣ ਤਾਂ ਕਦੀ ਨਹੀਂ ਖਾਧਾ, ਜਦੋਂ ਦੇ ਇਸ ਪਾਸੇ ਆ ਗਏ ਨੇ ਨਹੀਂ ਖਾਧਾ। ਅੱਛਾ, ਉਹਨੇ ਉਸੇ ਟਾਈਮ ਇੱਕ ਗੋਲੀ ਲਿਖ ਦਿੱਤੀ ਆਪਣੇ ਰਸੀਦ ਦੇ ਉੱਤੇ, ਕਹਿੰਦਾ ਆਹ ਪੱਕੀ ਰੋਜ਼ ਖਾਓ। ਮੈਂ ਹੈ ਕਾਹਦੇ ਵਾਸਤੇ ਆ, ਕਹਿੰਦਾ ਜਿਹੜੇ ਮੀਟ 'ਚ ਵਿਟਾਮਿਨ ਹੁੰਦੇ ਨੇ ਨਾ, ਉਹ ਇਹ ਗੋਲੀ ਪੂਰੀ ਕਰੂਗੀ। ਇਹ ਸਿਰਫ ਮੈਂ ਇਸ ਕਰਕੇ ਦੱਸਣ ਦਿਆਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕੀਤੀ ਵੀ ਇੱਕ ਡਾਕਟਰ ਜਿਹੜੇ ਫੀਲਡ ਦੇ ਵਿੱਚ ਔਰ ਮਾਹਿਰ ਆ, ਉਹ ਤੁਹਾਡੇ ਅੰਦਰ ਉਹੀ ਕਮੀ, ਉਹਨੂੰ ਪਹਿਲਾਂ ਉਹ ਪਹਿਲਾਂ ਉਹਦੀ ਇੰਟੈਂਸ਼ਨ 'ਚ ਉਹਦੇ ਧਿਆਨ 'ਚ ਉਹ ਚੀਜ਼ ਆਊਗੀ ਵੀ ਇਹਨੂੰ ਬਿਮਾਰੀ ਕੀ ਆ, ਬੰਦਾ ਕਿਉਂ ਇਹਦੇ 'ਚ ਆ ਵੀਕਨੈਸ ਆ, ਇਹਦਾ ਮਤਲਬ ਕੋਈ ਐਲੀਮੈਂਟ ਇਹਦੇ 'ਚ ਕੰਮ ਆ, ਕੋਈ ਤੱਤ ਇਹਦੇ 'ਚ ਘੱਟ ਆ, ਉਹਦੀ ਪਹਿਲਾਂ ਧਿਆਨ ਹੀ ਉੱਥੇ ਜਾਊਗਾ। ਉਹ ਪਹਿਲਾਂ ਤੁਹਾਨੂੰ ਉਹਦੀ ਪ੍ਰੈਕਟਿਸ ਦਊਗਾ ਵੀ 6 ਮਹੀਨੇ ਹੁਣ ਆਇਆ ਗੋਲੀ ਖਾ, ਉਸ ਤੋਂ ਬਾਅਦ ਦੇਖਾਂਗੇ ਹੁਣ ਕੀ ਕਰਨਾ। ਤਾਂ ਉਹ ਤਾਂ ਉਹ ਬੋਰਡ ਦੇ ਉੱਤੇ ਜੇ ਲਿਖਿਆ ਇਫ ਯੂ ਫੀਲ ਡਰਟੀ ਦੈਨ ਯੂ ਕਮ ਹੇਅਰ, ਤਾਂ ਮਤਲਬ ਵੀ ਜੇ ਤੁਹਾਡੇ ਅੰਦਰ ਕਿਤੇ ਨੈਗੇਟਿਵ ਅਪਰੋਚ ਹਰ ਸਮੇਂ ਤੁਹਾਨੂੰ ਦੁਖੀ ਕਰ ਰਹੀ ਹੈ, ਤੁਸੀਂ ਸਾਡੇ ਕੋਲ ਆਓ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਉਂਦੇ ਨੇ ਵੀ ਜੇ ਅੰਦਰ ਔਗੁਣ ਨੇ, ਜੇ ਅੰਦਰ ਅਗਿਆਨਤਾ ਹੈ, ਜੇ ਅੰਦਰ ਹਨੇਰਾ, ਫਿਰ ਗੁਰੂ ਲੱਭੋ, ਡਾਕਟਰਾਂ ਦੀ ਨਹੀਂ ਲੋੜ। ਸਪਿਰਿਚੁਅਲਿਜ਼ਮ ਦੇ ਵਿੱਚ ਆਏ ਤਾਂ ਜਿੱਥੇ ਪਹਿਲਾਂ ਵੀ ਜਿਹੜਾ ਪ੍ਰਮਾਣ ਸੀ ਵੀ ਉਹ ਸਾਇੰਟਿਸਟ ਕੁੜੀ ਨੌਜਵਾਨ ਜਿਹੜੀ ਉਹ ਬਹੁਤ ਉਹਨੇ ਉਹ ਡਿਸਟਰਬੈਂਸ ਫੀਲ ਕਰੇ, ਤਾਂ ਉਹਦੀ ਉਹ ਸੀਨੀਅਰ ਜਿਹੜੀ ਉਹਦੀ ਆਂਟੀ ਆ, ਉਹ ਵੀ ਅੰਗਰੇਜ਼ ਆ, ਪਰ ਉਹ ਉਹਦੇ ਮਨ 'ਚ ਆਈ, ਕਹਿੰਦੀ ਇਹ ਡਾਕਟਰ ਦੇ ਵਾਸਤੇ ਕੰਮ ਨਹੀਂ। ਫਿਰ ਕੀ ਕੀਤਾ ਤੁਸੀਂ, ਕਹਿੰਦੀ ਮੈਂ ਉਹਨੂੰ ਮੈਡੀਟੇਸ਼ਨ ਯੋਗਾ ਸੈਂਟਰ ਦੇ ਵਿੱਚ ਲੈ ਕੇ ਗਈ, ਦੈਨ ਸ਼ੀ ਫੀਲ ਗੁੱਡ। ਉੱਥੇ ਜਾ ਕੇ ਉਹ ਕੀ ਕਰਦੇ, ਬਸ ਤੁਹਾਨੂੰ ਬੈਠਣਾ ਸਿਖਾ ਦਿੰਦੇ ਨੇ, ਉਹ ਕੋਸ਼ਿਸ਼ ਕਰਦੇ ਨੇ
ਵੀ ਤੂੰ ਉਹ ਸੋਚਣਾ ਛੱਡ ਦੇ ਜਿਹੜਾ ਤੂੰ ਬਾਹਰੋਂ ਚੁੱਕੀ ਫਿਰਦਾ ਸੀ ਆਪਣੇ ਪਿੰਡ ਸਿਰ 'ਤੇ ਪੰਡ। ਗੁਰੂ ਕੀ ਕਰਦਾ? ਥਿਊਰੀਆਂ ਸੇਮ ਨੇ, ਸਪਿਰਚੁਅਲਿਜ਼ਮ 'ਚ ਵੀ, ਸੋਸ਼ਲਿਜ਼ਮ 'ਚ ਵੀ, ਸੇਮ ਥਿਊਰੀਜ਼, ਪਰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੇ। ਮਹਾਰਾਜ ਕਹਿੰਦੇ ਨੇ ਲੋਕ ਅਵਗਣਾ ਕੀ ਬੰਨੈ ਗੰਠੜੀ, ਗੁਣ ਨਾ ਬਿਹਾਜੈ ਕੋਈ। ਸਿਰ 'ਤੇ ਪੰਡ ਕਿਹੜੀ ਚੁੱਕੀ ਹੈ? ਔਗੁਣਾਂ ਦੀ। ਔਗੁਣ ਤਕਲੀਫ ਦੇਣਗੇ, ਉਹ ਡਰਟੀਨੈਸ ਜਿਹੜੀ ਹੈ, ਨੈਗੇਟਿਵ ਅਪਰੋਚ ਜਿਹੜੀ ਹੈ, ਉਹ ਤਕਲੀਫ ਦਊਗੀ। ਤਾਂ ਉਹਨਾਂ ਦੇ ਸੈਂਟਰ 'ਚ ਗਏ, ਉਹ ਕੀ ਕਰਨਗੇ? ਸਾਡੀ ਸਭ ਤੋਂ ਪਹਿਲਾਂ ਉਹ ਪੰਡ ਸਿਰ ਤੋਂ ਲਾ ਕੇ, ਦਿਮਾਗ ਤੋਂ ਲਾ ਕੇ ਕਹਿਣਗੇ ਵੀ ਮੈਨੂੰ ਬਾਹਰ ਰੱਖੋ, ਹੁਣ ਤੁਸੀਂ ਇੱਥੇ ਆਓ, ਹੁਣ ਅਸੀਂ ਕੁਝ ਕਰਾਂਗੇ। ਦੈਨ ਅਸੀਂ ਉੱਥੇ ਬੈਠ ਕੇ ਰਿਲੈਕਸ ਫੀਲ ਕਰਾਂਗੇ ਉਨੇ ਸਮੇਂ ਵਾਸਤੇ, ਯਕਦਮ ਖਤਮ ਕੁਝ ਨਹੀਂ ਹੋਊਗਾ ਉੱਥੇ, ਪਰ ਉਨੇ ਸਮੇਂ ਵਾਸਤੇ। ਫਿਰ ਦੈਨ ਤੁਸੀਂ ਬਾਹਰ ਗਏ, ਤੁਸੀਂ ਰੀਅਲਾਈਜ਼ ਕਰੋਗੇ, ਹਾਂ ਜਦੋਂ ਮੈਂ ਅੰਦਰ ਸੀ, ਜਦੋਂ ਮੈਂ ਉਹਦੇ ਕੋਲ ਬੈਠਾ, ਉਦੋਂ ਮੈਂ ਰਿਲੈਕਸ ਫੀਲ ਕੀਤਾ। ਇਹਦਾ ਮਤਲਬ ਥਿਊਰੀ ਵਰਕ ਕਰ ਰਹੀ ਹੈ, ਉਹਨਾਂ ਦੀ ਮੈਂਟਲ ਥਿਊਰੀ ਵਰਕ ਕਰਦੀ ਆ। ਔਰ ਇਹ ਸਾਡੇ ਵਾਸਤੇ ਸੋਚਣ ਦੀ ਲੋੜ ਆ, ਜੇ ਮੈਂਟਲ ਥਿਊਰੀਜ਼ ਵਰਕ ਕਰ ਸਕਦੀਆਂ ਨੇ, ਸਪਿਰਿਚੁਅਲ ਥਿਊਰੀ ਜਦੋਂ ਆਪਣਾ ਅਸਰ ਦਊਗੀ, ਫਿਰ ਅਸੀਂ ਕੀ ਹੋਵਾਂਗੇ? ਤੋ ਸਾਹਿਬ ਕਹਿੰਦੇ ਨੇ ਸਾਨੂੰ ਉਹਦੀ ਲੋੜ ਆ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਤਰਾਸ ਕਹਿੰਦੇ ਨੇ ਇੱਕ ਭੈ, ਬੰਦਾ ਹਰ ਸਮੇਂ ਤਰਾਇਆ ਰਹਿਣਾ। ਰਿਫਿਊਜੀਆਂ ਦਾ ਸਾਡਾ ਇੱਕ ਵਰਡ ਆ, ਸਾਡੇ ਬਜ਼ੁਰਗ ਵਰਤਦੇ ਨੇ, ਉਹ ਤੂੰ ਬੜਾ ਤਰਾਹ ਦਿੱਤਾ ਜਵਾਕ ਨੂੰ। ਤਰਾਹ ਦਿੱਤਾ ਮੀਨਸ ਬੱਚੇ ਨੇ ਤੁਹਾਡੀ ਗੱਲ ਸੁਣੀ ਔਰ ਸਤਬਦ ਹੋ ਗਿਆ, ਬਸ ਐਵੇਂ ਹਿੱਲਣ ਜੋਗਾ ਨਹੀਂ ਰਿਹਾ, ਕੋਈ ਕਿਰਿਆ ਨਹੀਂ, ਕੁਝ ਨਹੀਂ। ਉਹਨੂੰ ਕਹਿੰਦੇ ਨੇ ਤਰਾਹ ਦੇਣਾ। ਮਹਾਰਾਜ ਸ਼ਬਦ ਵਰਤਦੇ ਨੇ ਤਰਾਸ, ਇਹਦਾ ਉਹਦੇ ਉਸੇ ਵਰਡ ਦੇ ਨਾਲ ਬੜਾ ਸਹਿਜ ਸੰਬੰਧ। ਉੱਥੇ ਤਰਾਸ ਕਾਹਦਾ? ਜਮ ਕੀ ਤਰਾਸ, ਮੌਤ ਦਾ ਡਰ। ਉਹ ਹਰ ਸਮੇਂ ਡਰਾਉਂਦਾ ਔਰ ਉਹ ਭੈ ਸਾਡੇ ਸਾਰਿਆਂ ਅੰਦਰ ਬੈਠਾ। ਸਾਹਿਬ ਕਹਿੰਦੇ ਨੇ ਵੀ ਉਹ ਦੂਰ ਹੋਣਾ ਚਾਹੀਦਾ, ਵੀ ਮੇਨ ਬਿਮਾਰੀ ਦੂਰ ਹੋ ਜੇ, ਔਰ ਇਹ ਗੁਰੂ ਕਰ ਸਕਦਾ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਈ। ਹੁਣ ਪਟ ਕੀਰਤ ਜੀ ਆਉਂਦੇ ਨੇ ਵੀ ਬਾਬਾ ਹੁਣ ਅੰਦਰ ਸਭ ਕੁਝ ਦਿਸ ਗਿਆ ਅਤੇ ਮੈਨੂੰ ਗੁਰੂ ਰੂਪ 'ਚ ਗੁਰੂ ਰਾਮਦਾਸ ਹੀ ਦਿਸਦਾ ਹੈ ਬਸ, ਇਸ ਕਰਕੇ ਹੇ ਗੁਰੂ ਰਾਮਦਾਸ ਤੁਸੀਂ ਮੈਨੂੰ ਆਪਣੀ ਸ਼ਰਨ ਚਰਨ ਦੇ ਵਿੱਚ ਰੱਖੋ। ਤੋ ਗੁਰੂ ਦੀ ਸ਼ਰਨ ਚਰਨ 'ਚ ਰਹਿਣ ਦਾ ਮਤਲਬ ਕੀ ਹੈ? ਵੀ ਜੋ ਗੁਰ ਕਹਿ ਉਹਨੂੰ ਭਲਾ ਕਰਕੇ ਬਸ ਮੰਨ ਲੈਣਾ, ਉਹਨੂੰ ਸੱਤ ਬਚਨ ਕਹਿ ਕੇ ਮੰਨ। ਜੋ ਗੁਰ ਕਹਿ ਸੋਈ ਪਲ ਮੰਨ ਹੋ, ਹਰ ਹਰ ਕਥਾ ਨਿਰਾਲੀ। ਸਾਡਾ ਗਿਆਨ ਤਾਂ ਅੰਦਰ ਦੂਰ ਹੋਏਗੀ, ਹਮ ਅੰਧ ਲਏ ਅੰਧ ਬਿਖੈ ਬਿਖਰਾਥੇ, ਜਿੱਥੋਂ ਸਾਡੀ ਗੱਲ ਸ਼ੁਰੂ ਹੋਈ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ। ਗੁਰਸਿੱਖ ਮੀਤ ਚੱਲਹੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮੰਨ ਹੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਨੇ ਕਹਿਤਾ ਉਹ ਸੱਤ ਬਚਨ ਕਰਕੇ ਮੰਨ ਲੈਣਾ, ਔਖਾ ਬਹੁਤ ਆ, ਮੰਨਣਾ ਬਹੁਤ ਔਖਾ, ਸੁਣਨਾ ਉੱਪਰਲੇ ਤਲ 'ਤੇ ਸੌਖਾ। ਇੱਕ ਛੋਟੀ ਜਿਹੀ ਤੁਹਾਡੇ ਆਪ ਜੀ ਦੇ ਧਿਆਨ 'ਚ ਗੱਲ ਲੈ ਕੇ ਆਵਾਂ। ਸਾਨੂੰ ਦੁਨੀਆ ਕੁਝ ਵੀ ਕਹਿੰਦੀ ਰਹੇ ਨਾ, ਚਾਰਜ ਕਰਿਓ, ਮਾਂ ਪਿਓ, ਭੈਣ ਭਰਾ, ਚਾਚੇ ਤਾਏ, ਵੱਡੇ ਛੋਟੇ, ਕੋਈ ਕੋਈ ਗੱਲਾਂ ਅਸੀਂ ਉਹ ਇੱਕ ਆਪਣਾ ਨਾ ਪੰਜਾਬੀ 'ਚ ਗੱਲ ਇੱਧਰੋਂ ਸੁਣੀ ਇੱਧਰੋਂ ਕੱਢ ਦਿੱਤੀ। ਜਿਹੜੀ ਗੱਲ ਤੁਸੀਂ ਸੁਣ ਕੇ ਇੱਥੇ ਲੈ ਗਏ ਨਾ, ਉਹਦਾ ਜਿੰਨਾ ਚਿਰ ਤੱਕ ਹੱਲ ਨਾ ਲੱਭਿਆ ਉਨਾ ਚਿਰ ਤੱਕ ਉਹ ਤੁਹਾਨੂੰ ਪਰੇਸ਼ਾਨ ਕਰੂਗੀ। ਇਸ ਕਰਕੇ ਵੀ ਆਉਂਦੇ ਨੇ ਵੀ ਇੱਧਰੋਂ ਸੁਣੋ ਇੱਧਰੋਂ ਕੱਢ ਦਿਓ, ਵੀ ਜਿਹੜੀ ਇੱਥੇ ਸੈਂਟਰ 'ਚ ਖੜ ਗਈ ਉਹ ਫਿਰ ਜਾਂ ਤਾਂ ਉਹ ਪੂਰੀ ਹੋਣੀ ਚਾਹੀਦੀ ਹੈ, ਉਹ ਸਮੱਸਿਆ ਦਾ ਹੱਲ ਹੋਵੇ, ਨਹੀਂ ਤਾਂ ਉਹ ਪਰੇਸ਼ਾਨ ਕਰਦੀ ਰਹੂਗੀ। ਇਸ ਕਰਕੇ ਸੌਖੀ ਥਿਊਰੀ ਹੈ, ਇੱਧਰੋਂ ਸੁਣੋ ਇੱਧਰੋਂ ਕੱਢੋ। ਤੋ ਰਿਲੀਜੀਅਸ ਲਾਈਨ ਦੇ ਵਿੱਚ ਆਹੀ ਆਹੀ ਹੈ ਸੱਚ, ਸਪਿਰਿਚੁਅਲ ਲਾਈਫ ਦੇ ਵਿੱਚ ਬਹੁਤ ਵਾਰੀ, ਕਿਉਂਕਿ ਤਾਂ ਹੀ ਤਾਂ ਕੁਝ ਹਾਲੇ ਤੱਕ ਬਣਿਆ ਨਹੀਂ ਨਾ,
ਬਾਬਾ ਕਬੀਰ ਜੀ ਆਉਂਦੇ ਨੇ ਵੀ ਲੋਕ ਮੈਨੂੰ ਆਉਂਦੇ ਨੇ ਵੀ ਕਮਲਾ ਹੋ ਗਿਆ, ਆਉਂਦੇ ਮੈਨੂੰ ਰੱਬ ਨੇ ਕਮਲਾ ਕਰਤਾ। ਤਾਂ ਲੋਕ ਕਮਲਾ ਕਿਉਂ ਕਹਿੰਦੇ ਨੇ? ਕਿਉਂਕਿ ਜਿਹੜੀ ਸੰਸਾਰ ਜਿਹੜੇ ਸਟੈਂਡ 'ਤੇ ਜੀ ਰਿਹਾ, ਭਗਤ ਉਦੋਂ ਹੋਰ ਦੂਜੀ ਦੁਨੀਆ 'ਚ ਜੀ ਰਿਹਾ, ਇਸ ਕਰਕੇ ਅਸੀਂ ਇਹਨੇ ਕਮਲਾ, ਜਿਹੜੇ ਬੰਦਿਆਂ ਨੂੰ ਅਸੀਂ ਕਮਲਾ ਕਹਿੰਦੇ ਹਾਂ, ਸੰਸਾਰ ਦੇ ਵਿੱਚ ਜਿਨ੍ਹਾਂ ਵਾਸਤੇ ਪਾਗਲਖਾਨੇ ਬਣੇ ਨੇ ਜਾਂ ਹੁਣ ਮੈਂਟਲ ਹੋਸਪਿਟਲ ਕਹਿੰਦੇ ਨੇ ਉਹਨਾਂ ਨੂੰ, ਉਹ ਬੰਦੇ ਸਾਡੇ ਜੀਵਨ ਸਥਲ ਤੋਂ ਥੱਲੇ ਜੀ ਰਹੇ ਨੇ, ਇਸ ਕਰਕੇ ਸਾਨੂੰ ਉਹ ਪਾਗਲ ਲੱਗਦੇ ਨੇ, ਪਰ ਜਿਹੜੀ ਦੁਨੀਆ 'ਚ ਉਹ ਜੀ ਰਹੇ ਨੇ ਉਹਨਾਂ ਨੂੰ ਉਹ ਦੁਨੀਆ ਸੱਚੀ ਲੱਗਦੀ ਹੈ। ਉਹ ਖੁਸ਼ ਨੇ, ਪਾਟੇ ਜਿਹੇ ਕੱਪੜੇ ਪਾ ਕੇ ਸਿਰ ਖਿਲਾਰ ਕੇ ਸੜਕ ਦੇ ਵਿਚਕਾਰ ਹੀ ਖਲੋ ਜਾਣਾ, ਆਪੇ ਗੱਲਾਂ ਕਰੀ ਜਾਣੀ, ਉਹਨਾਂ ਨੂੰ ਉਹ ਚੰਗਾ ਲੱਗਦਾ ਹੈ ਕਿਉਂਕਿ ਉਸ ਉਹ ਦੁਨੀਆ 'ਚ ਜੀ ਰਹੇ ਨੇ। ਸਾਨੂੰ ਉਹ ਕਮਲੇ ਤਾਂ ਲੱਗਦੇ ਨੇ ਕਿਉਂਕਿ ਅਸੀਂ ਉਹਦੇ ਤੋਂ ਉੱਪਰਲੀ ਦੁਨੀਆ 'ਚ ਜੀ ਰਹੇ ਹਾਂ, ਸਾਡੇ ਮਾਇੰਡ ਦਾ ਲੇਵਲ ਉੱਚਾ, ਇਸ ਕਰਕੇ ਉਹ ਸਾਨੂੰ ਕਮਲੇ ਲੱਗਦੇ ਨੇ। ਪਰ ਭਗਤਾਂ ਦੇ ਸੰਬੰਧ 'ਚ ਵੀ ਇਹੀ ਗੱਲ ਆ, ਉਹ ਸਾਡੇ ਤੋਂ ਉੱਚੇ ਲੈਵਲ 'ਤੇ ਜੀ ਰਹੇ ਨੇ, ਇਸ ਕਰਕੇ ਸਾਨੂੰ ਉਹ ਕਮਲੇ ਲੱਗਦੇ ਨੇ। ਬਾਬਾ ਕਬੀਰ ਜੀ ਕਹਿੰਦੇ ਨੇ, ਰਾਮ ਕੀ ਉਹ ਗੌਰਾ, ਮੈਨੂੰ ਤਾਂ ਰੱਬ ਨੇ ਕਮਲਾ ਕਰਤਾ। ਤਾਂ ਕਮਲਾ ਕਿਵੇਂ ਕੀਤਾ? ਉਹਦੇ ਪਿਆਰ 'ਚ ਕਮਲਾ ਹੋ ਗਿਆ। ਜਦੋਂ ਬੰਦਾ ਕਿਸੇ ਵੀ ਸੋਚ ਦੇ ਉੱਤੇ, ਕਿਸੇ ਵੀ ਚੇਤਨਾ ਦੇ ਵਿੱਚ ਉਹ ਬਿਲਕੁਲ ਭਿੱਜ ਜਾਏ, ਤਾਂ ਉਹ ਕਮਲਿਆਂ ਵਾਲੀ ਹਾਲਤ ਆ ਵੀ ਜਿੱਥੇ ਕੁਝ ਨਹੀਂ ਸੁੱਝਦਾ, ਬਸ ਉਹੀ ਆ, ਉਹੀ ਸੁੱਝਦਾ, ਉਹੀ ਸੁੱਝਦਾ, ਉਹਦੇ ਬਿਨਾਂ ਹੋਰ ਕੁਝ ਨਹੀਂ ਸੁੱਝਦਾ, ਉਹੀ ਹਾਲਤ ਆ। ਬਸ ਬਾਬਾ ਫਰੀਦ ਜੀ ਉਹਨੂੰ ਵੈਰਾਗ ਕਹਿੰਦੇ ਨੇ, ਉਹ ਪ੍ਰੇਮ ਆ ਉਹਦੇ ਨਾਲ ਜੁੜਨ ਦਾ। ਗੁਰੂ ਤੋਂ ਬਿਨਾਂ ਫਿਰ ਭੱਟ ਸਾਹਿਬਾਨ ਕਹਿੰਦੇ ਨੇ, ਹਨੇਰਾ ਨਹੀਂ ਦੂਰ ਹੋਣਾ, ਰਹੂਗਾ ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਕਨ ਕਟ ਹੈ ਸਭ ਤੇਰੇ, ਗੁਰ ਨਯਨ ਬਯਨ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ, ਜਿਨ ਗੁਰ ਨਾ ਦੇਖਿਓ ਨਹੁ ਕੀਓ, ਤੇ ਅਕਿਆਤ ਸੰਸਾਰ ਮੈਂ। ਭੱਟ ਸਾਹਿਬ ਕਹਿੰਦੇ ਨੇ ਵੀ ਜੇ ਦੁਨੀਆਂ 'ਚ ਆ ਕੇ ਗੁਰੂ ਦਿਸਿਆ ਹੀ ਨਹੀਂ, ਵਿਅਰਥ ਜ਼ਿੰਦਗੀ ਜੀ ਲਈ, ਗੁਸਤਾਖੀ ਲਈ ਖਿਮਾ। ਇੱਕ ਗੱਲ ਖਿਆਲ 'ਚ ਆ ਗਈ ਤੁਹਾਡੇ ਸਨਮੁਖ ਰੱਖਦਿਆਂ, ਇੱਥੇ ਕਈ ਵਾਰੀ ਨਾ ਸੰਗਤ ਦੇ ਕੁਝ ਜੀ ਆਉਣਗੇ ਦਰਸ਼ਨ ਕਰਨ ਵਾਸਤੇ, ਗੁਰੂ ਕਿਵੇਂ ਵੇਖਣਾ, ਰੁਮਾਲਾ ਚੱਕਣਗੇ, ਵੇਖ ਕੇ ਰੁਮਾਲਾ ਉਵੇਂ ਪਾ ਕੇ ਚੱਲ ਜਾਂਦੇ ਨੇ, ਉਹ ਸੋਚਦੇ ਨੇ ਵੀ ਗੁਰੂ ਵੇਖ ਲਿਆ। ਗੁਰੂ ਐਵੇਂ ਨਹੀਂ ਦਿਸਦਾ ਮਹਾਰਾਜ, ਬਾਣੀ 'ਚ ਐਵੇਂ ਗੁਰੂ ਵੇਖਣ ਦੀ ਗੱਲ ਨਹੀਂ ਕਰਦੇ। ਗੁਰੂ ਦਾ ਵੇਖਣਾ ਤਾਂ ਸ਼ਬਦ ਦੇ ਰੂਪ ਦੇ ਵਿੱਚ, ਉਸ ਅਦਬ ਦੇ ਵਿੱਚ ਟਿਕਣਾ, ਹਰ ਸਮੇਂ ਟਿਕਣ ਵਾਸਤੇ ਯਤਨਸ਼ੀਲ ਰਹਿਣਾ, ਉਹ ਆ ਗੁਰੂ ਨੂੰ ਵੇਖਣਾ। ਵੀ ਜੋ ਉਹਦੀ ਸਿੱਖਿਆ ਹੈ ਉਹਨੂੰ ਆਪਣੇ ਧਿਆਨ 'ਚ ਲੈ ਕੇ ਤੁਰਨਾ ਹਰ ਸਮੇਂ, ਆ ਇਹ ਗੁਰੂ ਨੂੰ ਵੇਖਣਾ। ਗੁਰੂ ਨੂੰ ਵੇਖਣਾ ਰੁਮਾਲਾ ਚੁੱਕ ਕੇ ਨਹੀਂ ਹੈਗਾ, ਗੁਰੂ ਨੂੰ ਵੇਖਣਾ ਉਹਦੀ ਵਿਚਾਰ 'ਚ ਉਤਰਨਾ ਸ਼ਬਦ ਦੀ 'ਚ, ਫਿਰ ਸ਼ਬਦ ਦਾ ਪੈ ਰੱਖਣਾ। ਬਹੁਤ ਔਖਾ ਕੰਮ ਆ ਸਾਧ ਸੰਗਤ ਜੀ, ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਇਹ ਬਹੁਤ ਔਖਾ ਕੰਮ ਆ। ਤਾਂ ਸਾਹਿਬ ਕਹਿੰਦੇ ਨੇ, ਜਿਹਨੂੰ ਇਹ ਵੇਖਣਾ ਆ ਗਿਆ, ਜਿਹੜਾ ਇੱਥੋਂ ਤੱਕ ਪਹੁੰਚ ਗਿਆ, ਫਿਰ ਜਦੋਂ ਗੁਰੂ ਨੂੰ ਯਾਦ ਕਰੂਗਾ, ਉਹ ਸ਼ਬਦ ਉਹਦੇ ਅੰਦਰ ਚੱਲੂਗਾ, ਫਿਰ ਉਹਦੀਆਂ ਅੱਖਾਂ ਦਾ ਹਨੇਰਾ ਦੂਰ ਹੋਊਗਾ, ਸਪਸ਼ਟ ਦਿਸਣਾ ਸ਼ੁਰੂ ਹੋ ਜਾਏਗਾ। ਜੇ ਸਤਿਗੁਰੂ ਸਿਮਰਨ ਤਾਂ ਨੈਣ ਕੇ ਟਿਮਰ ਮਿਟੈ ਕਿਨ, ਅੱਖਾਂ ਜਿਹੜੀਆਂ ਨੇ ਨਾ ਇਹਨਾਂ ਦੇ ਅੰਦਰ ਰੌਸ਼ਨੀ, ਆਪਾਂ ਸਾਰੇ ਜਾਣਦੇ ਹਾਂ, ਅੱਖ ਦੇ ਉੱਤੇ ਇੱਕ ਜਾਲਾ ਆ ਜਾਂਦਾ ਜਿਹਨੂੰ ਮੋਤੀਆ ਕਹਿੰਦੇ ਨੇ, ਚਿੱਟਾ ਅਤੇ ਕਾਲਾ ਮੋਤੀਆ, ਇੱਕ ਇਹੋ ਜਿਹਾ ਜਿਹੜਾ ਲਾਇਆ ਜਾ ਸਕਦਾ ਹੈ, ਦੂਜਾ ਇਹੋ ਜਿਹਾ ਜਿਹੜਾ ਪਿੱਛੋਂ ਲਾਈਟ ਖਤਮ ਕਰ ਦਿੰਦਾ। ਫਿਰ ਡਾਕਟਰ ਉਹਨੂੰ ਉਹਦਾ ਇਲਾਜ ਕਰਨ ਨੂੰ ਫਿਰ ਉਹ ਵੀ ਔਖੇ ਹੁੰਦੇ ਨੇ ਵੀ ਨਹੀਂ, ਫਿਰ ਉਹ ਮਰੀਜ਼ ਤੋਂ ਪਹਿਲਾਂ ਸਾਈਨ ਕਰਾਉਂਦੇ ਨੇ ਵੀ ਜੇ ਤੇਰੀਆਂ ਅੱਖਾਂ ਦੀ ਰੌਸ਼ਨੀ ਚੱਲ ਗਈ ਤਾਂ ਸਾਨੂੰ ਨਾ, ਸਾਡੇ ਦੇ ਨਾ ਕੇਸ ਕਰ ਦੀ ਫਿਰ। ਤਾਂ ਅਸੀਂ ਸਾਰੇ ਇਸ ਗੱਲ ਨੂੰ ਸਮਝਦੇ ਹਾਂ ਵੀ ਜੇ ਅੱਖਾਂ 'ਤੇ ਜਾਲਾ ਆ ਜੇ, ਬਾਹਰਲਾ ਸੰਸਾਰ ਦਿਸਣਾ ਔਖਾ ਹੋ ਜਾਂਦਾ ਹੈ, ਅਤੇ ਜੇ ਬਿਮਾਰੀ ਪੂਰੀ ਜੜ 'ਚ ਚਲੀ ਜਾਏ ਫਿਰ ਤਾਂ ਹੋਰ ਇੰਪੋਸੀਬਲ ਹੋ ਜਾਂਦਾ ਨਾ, ਇੰਪੋਸੀਬਲ ਅਸੰਭਵ ਹੋ ਗਿਆ। ਤਾਂ ਜਦੋਂ ਅਗਿਆਨਤਾ ਨੇ ਇੰਨਾ ਵੱਡਾ ਪਰਦਾ ਸਾਡੀ ਰੂਹ 'ਤੇ ਪਾ ਦਿੱਤਾ
ਸਾਡੀ ਆਤਮਾ 'ਤੇ ਪਾਇਆ, ਸਾਡੇ ਮਨ 'ਤੇ ਪਾ ਤਾ, ਅਸੀਂ ਗੁਰੂ ਨੂੰ ਰੁਮਾਲਾ ਚੁੱਕ ਕੇ ਵੇਖ ਲਾਂਗੇ। ਅਗਿਆਨਤਾ ਤਾਂ ਅੰਦਰ ਬੈਠੀ ਆ, ਮਨ 'ਤੇ ਆ, ਉਹਦਾ ਬਾਹਰੀ ਦੁਨੀਆ ਦੇ ਨਾਲ ਕੋਈ ਸੰਬੰਧ ਨਹੀਂ। ਹਾਂ, ਜੇ ਵੇਖਣਾ ਗੁਰੂ ਸਾਹਿਬ ਦੇ ਦਰਸ਼ਨ ਕੀ ਨੇ, ਰਹਿਤ ਮਰਿਆਦਾ 'ਚ ਲਿਖਿਆ, ਕਦੀ ਜੀ ਕਰੇ ਆਓ, ਨਮਸਕਾਰ ਕਰੋ ਸਾਹਿਬ ਦੇ ਚਰਨਾਂ 'ਚ, ਤਾਬਿਆ ਬੈਠੋ, ਮਹਾਰਾਜ ਜੀ ਦੀ ਬਾਣੀ ਪੜ੍ਹੋ, ਹੁਕਮਨਾਮਾ ਲਵੋ। ਆਹ ਨੇ ਮਹਾਰਾਜ ਜੀ ਦੇ ਦਰਸ਼ਨ, ਹੁਕਮਨਾਮਾ ਲੈਣਾ, ਬਾਣੀ ਪੜ੍ਹਨੀ, ਜਿਵੇਂ ਆਪਾਂ ਆਮ ਹੁਕਮਨਾਮਾ ਲੈਣੇ। ਕੋਈ ਵੀ ਆਏ, ਕੋਈ ਆ ਕੇ ਪੜ੍ਹ ਸਕਦਾ ਜਿਹਨੂੰ ਬਾਣੀ ਪੜ੍ਹਨੀ ਆਉਂਦੀ। ਹੁਕਮਨਾਮਾ ਲਏ, ਉਹ ਸ਼ਬਦ ਫਿਰ ਮਨ 'ਚ ਵਾਰ ਵਾਰ ਦਸਤਕ ਦੇਵੇ। ਸਿੱਖਾਂ ਦੇ ਵਿੱਚ ਇੱਕ ਰਾਜਾ, ਇੱਕੋ ਹੀ ਰਾਜਾ ਹੋਇਆ ਆਪਣਾ, ਮਹਾਰਾਜਾ ਰਣਜੀਤ ਸਿੰਘ, ਜਿਹਨੇ ਗੁਰੂ ਘਰ ਦਾ ਡਰ ਬਹੁਤ ਰੱਖਿਆ। ਜੁੱਤੀਆਂ ਖਾਣ ਨੂੰ ਵੀ ਤਿਆਰ ਸੀ ਉਹ ਰਾਜਾ, ਜਦੋਂ ਉਹ ਤਖ਼ਤ 'ਤੇ ਬੈਠਾ। ਜੁੱਤੀਆਂ ਖਾਣ ਦਾ ਮਤਲਬ ਗੁਰੂ ਘਰ ਦੇ ਸੇਵਾਦਾਰਾਂ ਤੋਂ ਸਜ਼ਾ ਲਵਾਉਣ ਵਾਸਤੇ ਵੀ, ਕੋੜੇ ਖਾਣ ਵਾਸਤੇ ਵੀ ਤਿਆਰ, ਵੀ ਤੁਸੀਂ ਮੇਰੀ ਗਲਤੀ 'ਤੇ ਮੈਨੂੰ ਮਾਰੋ, ਵੀ ਮੈਂ ਹੱਕਦਾਰ ਹਾਂ ਇਸ ਸਜ਼ਾ ਦਾ। ਦਰਬਾਰ 'ਚ ਜਾਂਦਾ ਉਹ, ਜਦੋਂ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ 'ਚ ਦਰਸ਼ਨ ਕਰਨ, ਦਰਸ਼ਨ ਕਰਕੇ ਆਉਣਾ ਵਾਪਸ, ਕਿਸੇ ਨੇ ਇੱਕ ਵਾਰੀ ਸਵਾਲ ਕੀਤਾ ਵੀ ਤੁਸੀਂ ਜਾਂਦੇ ਹੋ, ਆ ਜਾਂਦੇ ਹੋ, ਕਦੀ ਬਹੁਤੀ ਦੇਰ ਨਹੀਂ ਤੁਹਾਨੂੰ ਉੱਥੇ ਟਿਕੇ ਦੇਖਿਆ? ਅਤੇ ਕਹਿੰਦੇ ਇਹੀ ਉਹ ਵੀ ਸਾਰੀ ਕਿਰਪਾ ਇਹਦੀ ਹੈ, ਵੀ ਰਾਜ ਦਿੱਤਾ, ਜੋ ਵੀ ਕੁਝ ਕਰਦਾ ਮੇਰਾ ਬਾਬਾ ਕਰਦਾ, ਵੀ ਬਾਬੇ ਕੋਲ ਬਹਿੰਦੇ ਤਾਂ ਹੈ ਨਹੀਂ। ਕਹਿੰਦੇ ਜਿੰਨੀ ਕੁ ਸਮਰੱਥਾ ਹੈ ਨਾ, ਓਨੀ ਕੁ ਅੰਦਰੋਂ ਚੀਜ਼ ਲੈ ਲੈਣਾ ਬਾਪੂ ਤੋਂ। ਕੀ ਲੈਂਦੇ ਹੋ? ਕਹਿੰਦੇ ਜਿਹੜਾ ਸ਼ਬਦ ਚੱਲਦਾ ਹੁੰਦਾ ਹੈ, ਜਿਹੜੀ ਬਾਣੀ ਪੜ੍ਹੀ ਜਾ ਰਹੀ, ਉਹਦੀ ਇੱਕ ਤੁੱਕ ਆਪਣੇ ਮਾਇੰਡ 'ਚ ਬਿਠਾਈ ਦੀ ਹੈ, ਉਹ ਹੀ ਪ੍ਰਸ਼ਾਦ ਸਮਝ ਕੇ ਮੈਂ ਆਪਣੇ ਮਨ 'ਚ ਲੈਂਦਾ, ਚਲਾ ਜਾਂਦਾ। ਮੈਂ ਹਾਲੇ ਸਿਰਫ ਓਨੀ ਕੋਈ ਦਾਤ ਨੂੰ ਸੰਭਾਲਣ ਜੋਗਾ, ਵੀ ਮੇਰੇ 'ਚ ਹਾਲੇ ਇੰਨੀ ਕੁ ਸੱਤਿਆ ਹੀ ਹੈ, ਵੀ ਮੇਰੀ ਇੱਕ ਪੰਕਤੀ ਉਹ ਮੇਰੇ ਅੰਦਰ ਆਏ ਅਤੇ ਮੈਂ ਉਹਨੂੰ ਬਾਬੇ ਦੀ ਉਸ ਪੰਕਤੀ ਨੂੰ ਰਿਮਾਇੰਡ ਕਰਦਾ ਰਹਾਂ, ਰਿਪੀਟ ਕਰਦਾ ਰਹਾਂ, ਉਹਦੀ ਅਦਬ 'ਚ ਟਿਕਣਾ ਸਿੱਖਾਂ, ਵੀ ਮੈਂ ਮੇਰੀ ਆਹ ਪ੍ਰੈਕਟਿਸ ਆ, ਬਸ ਮੈਂ ਇੰਨੇ ਜੋਗਾ ਵਾਂ। ਸਾਡਾ ਦਾਅਵਾ ਹੈ ਸਾਰੀ ਬਾਣੀ ਮੈਨੂੰ ਆਉਂਦੀ ਆ, ਸਾਰੇ ਅਰਥ ਮੈਨੂੰ ਆਉਂਦੇ ਨੇ, ਸਭ ਕੁਝ ਮੈਨੂੰ ਪਤਾ। ਇਹ ਆ ਪਰਦਾ ਜਿਹੜਾ ਉੱਤੇ ਪਿਆ ਹੋਇਆ। ਜੇ ਸਤਿਗੁਰੂ ਸਿਮਰੰਤ ਨੈਣ ਕੇ ਤਿਮਰ ਮਿਟੈ ਗਿਨ, ਜੇ ਸਤਿਗੁਰੂ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਪਰਦਾ ਹਟ ਗਿਆ, ਅੱਖ ਦਾ ਓਪਰੇਸ਼ਨ ਹੋਵੇ ਨਾ, ਡਾਕਟਰ ਫਿਰ ਤੁਹਾਨੂੰ ਫਿਰ ਟਾਈਮ ਦਿੰਦਾ, ਇੱਕ ਹਫ਼ਤੇ ਬਾਅਦ, ਚੌਥੇ ਦਿਨ, ਦਸਵੇਂ ਦਿਨ ਆਈ ਚੈੱਕ ਕਰਨੀ ਤੇਰੀ ਆਈ ਸਾਈਟ ਠੀਕ ਆ, ਤੈਨੂੰ ਦਿਸਦਾ ਠੀਕ ਆ। ਉਹ ਇਸ ਤਰ੍ਹਾਂ ਵਾਰ ਵਾਰ ਅਪੁਆਇੰਟਮੈਂਟਸ ਬਣਾਉਂਦਾ ਹੈ, ਵਾਰ ਵਾਰ, ਜਿੰਨਾ ਚਿਰ ਤੱਕ ਉਹਨੂੰ ਤਸੱਲੀ ਨਾ ਹੋ ਜਾਵੇ ਉਨਾ ਚਿਰ ਟਿੱਕ ਗਈ ਇਹਨੂੰ ਦਿਸਣ ਲੱਗ ਗਿਆ। ਗੁਰੂ ਸੇਮ ਕਰਦਾ ਹੈ, ਜਦੋਂ ਇਹ ਸਾਡੇ ਮਨ ਤੋਂ ਪਰਦਾ ਲਾਉਂਦਾ ਨਾ, ਉਹਨੂੰ ਓਪਰੇਟ ਕਰਦਾ, ਉੱਤੋਂ ਅਗਿਆਨਤਾ ਨੂੰ, ਉਹਦੀ ਚਾਦਰ ਨੂੰ, ਉਹਦੇ ਪਰਦੇ ਨੂੰ ਬਾਬਾ ਹਟਾਉਂਦਾ ਆਪਣੇ ਸ਼ਬਦ ਦੇ ਨਾਲ। ਫਿਰ ਬਾਬਾ ਵੀ ਕਹਿੰਦਾ ਵੀ ਵਾਰ ਵਾਰ ਰਿਮਾਇੰਡ ਕਰਾਉਂਦਾ ਆਪਣੇ ਆਪ ਨੂੰ, ਵੀ ਠੀਕ ਆ, ਚੱਲਦਾ ਕਿ ਨਹੀਂ ਚੱਲਦਾ, ਚੱਲਦਾ ਕਿ ਨਹੀਂ ਚੱਲਦਾ, ਹਾਲੇ ਕੁਝ ਠੀਕ ਹੈ ਕਿ ਨਹੀਂ ਹੈ। ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਹਟ ਗਿਆ ਪਰਦਾ, ਫਿਰ ਅੰਦਰ ਦੀ ਹਾਲਤ ਇਹ ਹੋਏਗੀ, ਗੁਰੂ ਚੇਤੇ ਆਉਂਦਾ, ਪਰਮੇਸ਼ਵਰ ਚੇਤੇ ਆਉਂਦਾ, ਔਰ ਨਿਰੰਤਰ ਲਗਾਤਾਰ ਚੇਤੇ ਆ ਰਿਹਾ, ਭੁੱਲਦਾ ਨਹੀਂ। ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਮਨ ਤਪਦਾ ਰਹਿੰਦਾ ਸੀ ਤ੍ਰਿਸ਼ਨਾ ਦੇ ਵਿੱਚ, ਹਰ ਸਮੇਂ ਵਾਸਨਾਵਾਂ ਦੇ ਵਿੱਚ ਤਪਦਾ ਸੀ, ਦੁਖੀ ਹੁੰਦਾ ਸੀ, ਹੁਣ ਕਿਉਂਕਿ ਗੁਰੂ ਆ ਕੇ ਅੰਦਰ ਬੈਠ ਗਿਆ, ਹੁਣ ਪਰਮੇਸ਼ਵਰ ਆ ਕੇ ਅੰਦਰ ਬੈਠ ਗਿਆ, ਉਹਦੀ ਯਾਦ ਅੰਦਰ ਟਿਕੀ ਹੋਈ ਹੈ, ਇਸ ਕਰਕੇ ਅੰਦਰ ਹੁਣ ਉਹ ਤਪਿਸ਼ ਨਹੀਂ ਹੈਗੀ। ਜੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿੱਧ ਪਾਵੈ, ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਸਭ ਆ ਗਈਆਂ, ਦੈਟ ਮੀਨਸ ਜਿਹੜੀਆਂ ਅਸੀਂ ਕਹਿੰਦੇ ਹਾਂ ਵੀ ਸੁਪਰ ਨੈਚੁਰਲ ਪਾਵਰਸ ਨੇ, ਉਹ ਉਹਦੇ ਕੋਲ ਆ ਗਈਆਂ। ਔਰ ਆ ਗਈਆਂ ਦਾ ਮਤਲਬ ਵੀ ਉਹਨੂੰ ਉਹਨੇ ਯੂਜ ਕਰਨਾ, ਹੁਣ ਉਹਨੂੰ ਲੋੜ ਨਹੀਂ, ਉਹ ਉਹਦੇ ਤੋਂ ਵੀ ਉੱਪਰ ਉੱਠ ਗਿਆ। ਜਿਹਦੇ ਕਦਮਾਂ 'ਚ ਇਹ ਚੀਜ਼ਾਂ ਆਉਂਦੀਆਂ ਨੇ ਨਾ, ਸਮਝੋ ਉਹ ਬੰਦਾ ਉਦੋਂ ਉੱਚਾ ਹੋ ਗਿਆ। ਹੁਣ ਜਿਹੜਾ ਸਿਰਫ ਉਹਦੀ ਲਾਲਸਾ ਦੇ ਵਿੱਚ ਤਪ 'ਤੇ ਬੈਠਾ, ਉਹ ਪ੍ਰਾਪਤ ਹੋਊਗੀ, ਉਹ ਬੰਦੇ ਨੂੰ ਰੋਕ ਦੇਵੇਗੀ। ਉਹ ਤਾਕਤ ਜਿਹੜੀ ਸੁਪਰ ਨੈਚੁਰਲ ਕੋਈ ਵੀ ਇੱਕ ਰਿੱਧੀ ਆ, ਸਿੱਧੀ ਆ, ਕੋਈ ਵੀ ਜਦੋਂ ਕੋਲ ਆ, ਉਹ ਫਿਰ ਬੰਦੇ ਨੂੰ ਰੋਕ ਦੇਵੇਗੀ, ਕਿਉਂਕਿ ਉਹ ਉਹਨੂੰ ਯੂਜ਼ ਕਰਨ ਲੱਗ ਜਾਏਗਾ। ਸਿੱਖ ਉਦੋਂ ਵੀ ਅੱਗੇ ਆ, ਬਾਬਾ ਉਹਨੂੰ ਉਦੋਂ ਵੀ ਅੱਗੇ ਲੈ ਜਾਂਦਾ ਵੀ ਤੇਰੇ ਕਦਮਾਂ 'ਚ ਰਹਿਣਗੀਆਂ, ਪਰ ਤੈਨੂੰ ਉਹਨਾਂ ਦੀ ਗੁਲਾਮੀ ਕਰਨ ਦੀ ਲੋੜ ਨਹੀਂ।
ਸੋਈ ਰਾਮਦਾਸ ਗੁਰਬਲ ਪਣ। ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਚਰਨਾਂ 'ਚ ਰਹਿਣ ਦੀ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਵੀ ਗੁਰੂ ਰਾਮਦਾਸ ਰੱਖੋ ਹੋ ਸਰਨਾਈ। ਉਹ ਗੁਰੂ ਕਿੱਡਾ ਕੁ ਸਮਰੱਥ ਆ। ਸੋਈ ਰਾਮਦਾਸ ਗੁਰਬਲ ਪਣ, ਮਿਲ ਸੰਗਤ ਤਨ ਤਨ ਕਰੋ। ਉਹਦੀ ਬਖਸ਼ਿਸ਼ ਹੋਵੇ ਸੰਗਤ 'ਚ ਮਿਲ ਕੇ, ਫਿਰ ਉਹ ਤਨ ਧਨ ਹੀ ਹੁੰਦੀ ਹੈ। ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਪਰਮੇਸ਼ਵਰ ਧੰਨ ਧੰਨ। ਗੁਰੂ ਖੁਸ਼ ਆ, ਤੁਸੀਂ ਪਰਮੇਸ਼ਵਰ ਦੀ ਵਡਿਆਈ ਕਰੋ। ਪਰਮੇਸ਼ਵਰ ਖੁਸ਼ ਹੁੰਦਾ, ਤੁਸੀਂ ਗੁਰੂ ਦੀ ਵਡਿਆਈ ਕਰੋ। ਆ ਬਹੁਤ ਵੱਡੀ ਗੱਲ ਆ। ਗੁਰੂ ਖੁਸ਼ ਆ। ਗੁਰੂ ਕਦੀ ਨਹੀਂ ਕਹਿੰਦਾ ਵੀ ਤੁਸੀਂ ਮੈਨੂੰ ਗੁਰੂ 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 ਕਰੋ। ਗੁਰੂ ਕਹਿੰਦਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਪਰਮੇਸ਼ਵਰ ਕਰੋ, ਹਰ ਹਰ ਕਰੋ, ਉਹਨੂੰ ਯਾਦ ਕਰੋ। ਔਰ ਪਰਮੇਸ਼ਵਰ ਬਾਰ ਬਾਰ ਕਹਿੰਦਾ ਵੀ ਆਪਣੇ ਗੁਰੂ ਦੇ ਚਰਨਾਂ 'ਤੇ ਡੰਡੌਤ ਕਰੋ। ਬਾਬਾ ਕਬੀਰ ਜੀ ਕਹਿੰਦੇ ਨੇ ਪਰਮੇਸ਼ਵਰ ਗੁਰੂ ਦੋਵੇਂ ਆ ਕੇ ਸਾਹਮਣੇ ਖੜ ਗਏ। ਜਦੋਂ ਅਧਿਆਤਮਿਕਤਾ ਦੇ ਨਾਲ ਕੋਈ ਮਤਲਬ ਨਹੀਂ ਸੀ ਨਾ, ਇਹ ਪੰਕਤੀ ਉਦੋਂ ਯਾਦ ਹੋਈ। BA 'ਚ ਪੜ੍ਹਦੇ ਹਾਂ, ਸਾਡੇ ਸਿਲੇਬਸ 'ਚ ਸੀ, ਗੁਰ ਗੋਬਿੰਦ ਦੋ ਖਰੇ ਕਾਕੇ ਲਾਗੂ ਪਾਏ, ਬਲਿਹਾਰੀ ਗੋਬਿੰਦ ਆਪ ਗੁਰ ਆਪਣੇ ਜਿਨ ਗੋਬਿੰਦ ਦਿਓ ਬਤਾਏ। ਕਬੀਰ ਬਾਬਾ ਕਬੀਰ ਜੀ ਦਾ ਬੀਜਕ ਗ੍ਰੰਥ ਦੇ ਵਿੱਚੋਂ ਕੋਈ ਉਦਾਹਰਣ ਆਓ ਬਾਬਾ ਕਬੀਰ ਜੀ ਦੇ ਨਾਮ ਦੇ। ਤਾਂ ਉਹ ਕਹਿੰਦੇ ਨੇ ਵੀ ਗੁਰੂ ਅਤੇ ਗੋਬਿੰਦ ਪਰਮੇਸ਼ਵਰ ਦੋਵੇਂ ਆ ਕੇ ਮੇਰੇ ਸਾਹਮਣੇ ਖੜ ਗਏ। ਪਰਮੇਸ਼ਵਰ ਕਹਿੰਦਾ ਵੀ ਮੈਂ ਰੱਬ ਹਾਂ। ਬਾਬਾ ਕਬੀਰ ਕਹਿੰਦੇ ਨੇ ਵੀ ਮੈਂ ਪਹਿਲਾਂ ਆਪਣਾ ਸਿਰ ਆਪਣੇ ਗੁਰੂ ਦੇ ਚਰਨਾਂ 'ਤੇ ਰੱਖਿਆ। ਮੈਂ ਵੀ ਤੂੰ ਹੋਏਗਾ ਰੱਬ, ਪਰ ਮੈਨੂੰ ਤੇਰੇ ਬਾਰੇ ਸੂਝ ਦਿੱਤੀ, ਗਿਆਨ ਦਿੱਤਾ, ਸਮਝ ਦਿੱਤਾ, ਤੇਰਾ ਪਤਾ ਦਿੱਤਾ ਮੇਰੇ ਗੁਰੂ ਨੇ, ਇਸ ਕਰਕੇ ਮੇਰਾ ਗੁਰੂ ਪਹਿਲੀ ਡੰਡੌਤ ਦਾ ਹੱਕਦਾਰ ਆ। ਪਰਮੇਸ਼ਰ ਖੁਸ਼ ਆ ਇਸ 'ਚ। ਉਹਨੇ ਬਾਬਾ ਕਬੀਰ ਜੀ ਨੂੰ ਇਹ ਥੋੜ੍ਹੀ ਆਖਿਆ ਵੀ ਤੂੰ ਗੁਰੂ 'ਤੇ ਝੁੱਕਿਆ, ਮੈਂ ਜਿਹਨੇ ਸਭ ਕੁਝ ਬਣਾਇਆ ਮੇਰੀ, ਮਤਲਬ ਬੜੀ ਸਹਿਜ ਆ, ਪ੍ਰੇਮ ਐਵੇਂ ਆ, ਜਿਹੜਾ ਸਪਿਰਿਚੁਅਲਿਜ਼ਮ, ਜਿਹੜੀ ਇਹ ਰੱਬ ਦੇ ਪ੍ਰੇਮ ਵਾਲੀ ਦੁਨੀਆ, ਉਹਦੇ ਵਿੱਚ ਗੁਰੂ ਉੱਤਮ ਆ, ਗੁਰੂ ਵੱਡਾ। ਇਸ ਕਰਕੇ ਸਿੱਖਾਂ ਨੂੰ ਤਾਕੀਦ ਆ ਵੀ ਰੱਬ ਲੱਭਣਾ ਅਤੇ ਫਿਰ ਗੁਰੂ ਦੇ ਚਰਨਾਂ 'ਚ ਆ ਕੇ ਆਪਣਾ ਸਿਰ ਰੱਖੋ, ਆਪ ਨਾ ਕੰਧਾਂ 'ਚ ਟੱਕਰੇ ਮਾਰਦੇ ਫਿਰੋ। ਮਾਰੀ ਜਾਣੀਆਂ ਨੇ ਤਾਂ ਮਾਰੀ ਜਾਈਏ, ਜਿੰਨੀਆਂ ਮਰਜ਼ੀ ਮਾਰੀ ਜਾਈ। ਜੇ ਸਤਿਗੁਰ ਲੱਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਭੱਟ ਸਾਹਿਬ ਕਹਿੰਦੇ ਨੇ ਵੀ ਜਿਹੜੇ ਗੁਰੂ ਨੂੰ ਮਿਲ ਕੇ ਪਰਮੇਸ਼ਵਰ ਦੀ ਯਾਦ ਆਉਂਦੀ ਹੈ, ਉਸ ਗੁਰੂ ਨੂੰ ਸਿਮਰੋ, ਉਹਦੇ ਚਰਨਾਂ 'ਚ ਆਓ, ਉੱਥੇ ਡੰਡਾਉਤ ਕਰੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਸਭ ਕੁਝ ਕਿੱਥੋਂ ਲਿਆ ਹੈ? ਜਦੋਂ ਅਸੀਂ ਯਾਦ ਕਰਨੇ ਸਾਹਿਬ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ 'ਤੇ, ਉਹਨਾਂ ਦੀ ਜੋਤੀ 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 ਜੋਤ ਪੁਰਬ 'ਤੇ, ਇਹ ਯਾਦ ਕਰਨ ਦੇ ਮਾਧਿਅਮ ਨੇ ਬਸ। ਡੇਟਾਂ ਯਾਦ ਕਰਨ ਵਾਸਤੇ ਨਹੀਂ ਹੈਗੇ ਵੀ ਇੰਨੀ ਤਰੀਕ ਨੂੰ ਮਹਾਰਾਜ ਆਏ ਸੀ, ਇੰਨੀ ਤਰੀਕ ਨੂੰ ਮਹਾਰਾਜ ਚਲੇ ਗਏ, ਭਾਵੇਂ ਕਿ ਹਿਸਟੋਰੀਕਲੀ ਉਹਨਾਂ ਦੇ ਵੀ ਅਰਥ ਨੇ, ਪਰ ਅਸਲ ਦੇ ਵਿੱਚ ਇਹ ਆਪਣੇ ਆਪ ਉਹਨਾਂ ਉਸ ਐਕਸਪੀਰੀਅੰਸ ਨੂੰ ਯਾਦ ਕਰਨਾ ਹੈ, ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਜਿਹੜਾ ਗੁਰੂ ਨੇ ਪ੍ਰਾਪਤ ਕੀਤਾ ਇੱਕ ਸਧਾਰਨ ਪਰਿਵਾਰ ਦੇ ਵਿੱਚ, ਇੱਕ ਸਧਾਰਨ ਬੱਚੇ ਦੇ ਰੂਪ ਦੇ ਵਿੱਚ ਜਨਮ ਲੈ ਕੇ। ਜਦੋਂ ਪ੍ਰਤੱਖ ਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਜਾ ਕੇ ਡੰਡੌਤ ਕੀਤੀ, ਫਿਰ ਕਿਸੇ ਦੂਜੇ ਗੁਰੂ ਨੂੰ ਲੱਭਣ ਦੀ ਲੋੜ ਨਹੀਂ ਰਹੀ। ਵੀ ਗੁਰੂ ਦੇ ਚਰਨਾਂ 'ਚ ਹੀ ਇੰਨੀਆਂ ਵੱਡੀਆਂ ਤਾਕਤਾਂ ਨੇ। ਔਰ ਫਿਰ ਜਦੋਂ ਐਸਾ ਗੁਰੂ ਸਿਰ 'ਤੇ ਹੱਥ ਰੱਖਦਾ ਹੈ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀ ਇੰਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਕੰਨ ਹਰਿਓ, ਨਿਸ ਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤਪਾਨ ਡਰਿਓ, ਪਨ ਦਾਸ ਸੁਆਸ ਜਗਤਰ ਗੁਰੂ ਕੀ, ਪਾਰ ਸੁ ਪੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰੂ ਇੰਨੀ ਵੱਡੀ ਸਮਰੱਥਾ ਦਾ ਮਾਲਕ ਆ, ਜਦੋਂ ਸਿਰ 'ਤੇ ਹੱਥ ਹੀ ਰੱਖੂਗਾ ਬਸ ਫਿਰ ਅੰਦਰ ਐਸੇ ਅੰਮ੍ਰਿਤ ਦੇ ਪ੍ਰਵਾਹ ਚੱਲਣਗੇ ਵੀ ਕੁਝ ਹੋਰ ਫਿਰ ਸੁੱਝਣਾ ਹੀ ਨਹੀਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਇਹ ਪ੍ਰਾਪਤੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚੋਂ, ਉਹਨਾਂ ਦੀ ਬਖਸ਼ਿਸ਼ 'ਚੋਂ, ਉਹਨਾਂ ਦੀ ਰਹਿਮਤ 'ਚੋਂ। ਔਰ ਇਹ ਬੇਨਤੀ ਹਮੇਸ਼ਾ ਹੋਊਗੀ, ਇਹ ਗੱਲ ਕਦੀ ਵੀ ਐਵੇਂ ਨਹੀਂ ਹੋਊਗੀ ਵੀ ਜੇ ਅਸੀਂ ਕਰਦੇ ਹੋਈਏ ਰਹਿ ਜੇ। ਬਖਸ਼ਿਸ਼ ਕਿਸੇ ਵੀ ਦਾਅਵੇ ਨਾਲ ਨਹੀਂ ਮਿਲਦੀ ਹੁੰਦੀ, ਕਿਰਪਾ ਕਿਸੇ ਦਾਅਵੇ ਦੀ ਮੁਹਤਾਜ ਨਹੀਂ।
ਗੁਰੂ ਦੀ ਰਹਿਮਤ ਕਿਸੇ ਦਾਅਵੇ ਦੀ ਮੁਹਤਾਜ ਨਹੀਂ। ਵੀ ਮੈਂ ਆਹ ਇੰਨਾ ਕੁਝ ਮੈਂ ਕਰ ਬੈਠਾ, ਹੁਣ ਮੇਰਾ ਹੱਕ ਬਣ ਗਿਆ ਵੀ ਇਹ ਮੈਨੂੰ ਦੇਵੇ, ਇਸ ਚੀਜ਼ ਦੀ ਨਹੀਂ। ਬਸ ਇੱਕੋ ਇੱਕ ਚੀਜ਼ ਆ ਜਿਹੜੀ ਉਹਦੀ ਖੁਸ਼ੀ 'ਤੇ ਡਿਪੈਂਡ ਆ, ਉਹਦੀ ਰਹਿਮਤ 'ਤੇ ਡਿਪੈਂਡ ਆ। ਤੋ ਉਹ ਰਹਿਮਤ ਪ੍ਰਾਪਤੀ ਦਾ ਇੱਕੋ ਇੱਕ ਸਾਧਨ ਆ ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਵਾਰ ਵਾਰ ਦੱਸਿਆ, ਔਰ ਗੁਰੂ ਸਾਹਿਬ ਜੀ ਨੇ ਆਪ ਉਹ ਐਕਸਪੀਰੀਅੰਸ ਹੰਡਾਇਆ ਵੀ ਬਸ ਆਪਣੇ ਗੁਰੂ ਦੇ ਚਰਨਾਂ 'ਤੇ ਆਪਣੇ ਆਪ ਨੂੰ ਰੱਖੋ, ਜੋ ਗੁਰ ਕਹਿ ਸੋਈ ਭਲ ਮਾਨੋ। ਗੁਰੂ ਨੇ ਜੋ ਕਹਿਤਾ ਉਹ ਸਤ ਵਚਨ ਕਰਕੇ ਮੰਨ ਲੈਣਾ, ਸਾਡੀ ਬਸ ਆਹੀ ਪ੍ਰੈਕਟਿਸ ਆ। ਤੋ ਅਸੀਂ ਮੰਨਣ ਦੇ ਯੋਗ ਹੈਗੇ ਹਾਂ ਵੀ ਅਸੀਂ ਮੰਨ ਲਾਂਗੇ, ਸਾਡਾ ਦਾਅਵਾ ਵੀ ਅਸੀਂ ਮੰਨ ਸਕਦੇ ਹਾਂ, ਬਿਲਕੁਲ ਨਹੀਂ। ਇਹ ਵੀ ਨਹੀਂ ਅਸੀਂ ਮੰਨ ਲਾਂਗੇ, ਇਹ ਸਾਡੀ ਸਮਰੱਥਾ ਨਹੀਂ। ਫਿਰ ਕੀ ਕਰੇ ਬੰਦਾ, ਫਿਰ ਉਸੇ ਗੁਰੂ ਦੇ ਚਰਨਾਂ 'ਤੇ ਇਹੀ ਰੱਖਣਾ ਵੀ ਬਾਬਾ ਆਪਣੀ ਇਹ ਵੀ ਸਮਰੱਥਾ ਨਹੀਂ ਵੀ ਤੂੰ ਜੋ ਕਹੇਗਾ ਅਸੀਂ ਤੇਰੀ ਮੰਨੀ ਜਾਵਾਂਗੇ, ਸਾਡੇ ਵੱਸ ਦਾ ਕੰਮ ਨਹੀਂ। ਤੂੰ ਰਹਿਮਤ ਕਰ ਵੀ ਮੰਨਣ ਦੇ ਯੋਗ ਹੋ ਜਾਈਏ, ਵੀ ਅਸੀਂ ਇਸ ਯੋਗ ਹੋ ਜਾਈਏ, ਸਾਨੂੰ ਇਹ ਯੋਗਤਾ ਦੇ ਦੇ। ਯੋਗਤਾ ਹੁੰਦੀ ਹੈ ਕਿਸੇ ਰੁਤਬੇ 'ਤੇ ਪਹੁੰਚਣ ਵਾਸਤੇ ਜਿੰਨੀ ਕੁ ਨੌਲੇਜ ਦੀ ਲੋੜ ਹੋਵੇ, ਜਿੰਨੀ ਕੁ ਡੈਡੀਕੇਸ਼ਨ ਦੀ। ਨੌਲੇਜ ਬਾਹਰਲੀ ਸੰਸਾਰੀ ਤੌਰ 'ਤੇ ਆ, ਸਪਿਰਿਚੁਅਲਿਜ਼ਮ ਦੇ ਵਿੱਚ ਡੈਡੀਕੇਸ਼ਨ ਆ, ਉਨੀ ਡੈਡੀਕੇਸ਼ਨ ਹੋਵੇ ਵੀ ਬਾਬਾ ਰਹਿਮਤ ਕਰੇ ਪਾ ਦੇ। ਫਿਰ ਭਾਵੇਂ ਯੋਗਤਾ ਸਾਰਿਆਂ ਦੀ ਇੱਕੋ ਜਿਹੀ ਹੋਵੇ, ਜਿਸ ਕੁਰਸੀ ਵਾਸਤੇ ਅਸੀਂ ਇੰਟਰਵਿਊ ਦੇਣ ਵਾਸਤੇ ਗਏ ਹਾਂ, ਜਿਸ ਨੌਕਰੀ ਵਾਸਤੇ, ਹੁਣ ਜਿਹੜਾ ਸਾਹਮਣੇ ਐਗਜ਼ਾਮੀਨਰ ਬੈਠਾ ਹੈ ਉਹਦੀ ਮਰਜ਼ੀ ਆ ਵੀ ਉਹਨਾਂ ਦੇ ਵਿੱਚੋਂ ਕਿਹਨੂੰ ਸਿਲੈਕਟ ਕਰੂਗਾ। ਔਰ ਇੱਕ ਕਮਾਲ ਆ, ਹੁਣ ਇੰਟਰਵਿਊ ਜਦੋਂ ਕਿਸੇ ਵੀ ਜੌਬ ਵਾਸਤੇ ਹੁੰਦੇ ਨੇ ਨਾ, ਉਸ ਤੋਂ ਪਹਿਲਾਂ ਇੱਕ ਚਿੱਠੀ ਆਉਂਦੀ ਆ ਆਪਾਂ ਨੂੰ, ਔਰ ਚਿੱਠੀ ਦੇ ਵਿੱਚ ਉਹਨਾਂ ਨੇ ਆਪਣੀਆਂ ਕੰਡੀਸ਼ਨਸ ਲਿਖੀਆਂ ਹੁੰਦੀਆਂ ਨੇ ਵੀ ਸਾਡਾ ਆ ਵੇ ਆ ਸਿਲੈਕਸ਼ਨ ਦਾ, ਤੋ ਅਸੀਂ ਜਿਹਨੂੰ ਵੀ ਸਿਲੈਕਟ ਕਰਾਂਗੇ, ਜਿਹਨੇ ਜਿਹੜੇ ਸਾਡੇ ਰੂਲਸ ਨੇ ਉਹਨਾਂ ਦੇ ਅਕੋਰਡਿੰਗ, ਦੂਜੇ ਕਿਸੇ ਦਾ ਉਹਦੇ 'ਤੇ ਕੋਈ ਦਾਅਵਾ ਨਹੀਂ ਹੋਏਗਾ ਵੀ ਕੱਲ੍ਹ ਨੂੰ ਤੁਸੀਂ ਉੱਥੇ ਜਾ ਕੇ ਕੋਰਟ 'ਚ ਸਾਡੇ 'ਤੇ ਕੇਸ ਕਰ ਦਿਓ, ਉਹਦੇ 'ਤੇ ਤੁਹਾਡਾ ਕੋਈ ਦਾਅਵਾ ਨਹੀਂ ਰਹੇਗਾ। ਥੱਲੇ ਫਿਰ ਆਪਾਂ ਸਾਈਨ ਕਰਨੇ ਹਾਂ ਵੀ ਹਾਂਜੀ ਠੀਕ ਆ, ਫਿਰ ਉਹ ਜਿਹਨੂੰ ਸਿਲੈਕਟ ਕਰਦੇ ਨੇ ਉਦੋਂ ਬਾਅਦ ਅਸੀਂ ਕੇਸ ਕਰਨ ਜੋਗੇ ਵੀ ਨਹੀਂ ਰਹਿੰਦੇ। ਇਹ ਬਾਹਰੀ ਤੌਰ 'ਤੇ ਉਹਨਾਂ ਨੇ ਵੇਖੋ ਕਿੱਥੋਂ ਲਈ, ਇਹ ਧਿਆਨ ਇਹ ਕਿੱਥੋਂ ਲਿਆ ਆਈਡੀਆ, ਇੱਥੇ ਸਾਈਨ ਨਹੀਂ ਕਰਵਾਏ ਜਾਂਦੇ। ਹੁਣ ਵੇਖੋ ਕਮਾਲ ਆ, ਬਾਬੇ ਦੇ ਦਰ 'ਤੇ ਅਧਿਆਤਮਿਕ ਜੀਵਨ ਦੇ ਵਿੱਚ, ਗੁਰੂ ਦੇ ਦਰ 'ਤੇ, ਰੱਬ ਦੇ ਰਾਹ 'ਤੇ ਇੱਥੇ ਸਾਈਨ ਨਹੀਂ ਕਰਵਾਏ ਜਾਣਗੇ ਤੁਹਾਡੇ ਕੋਲੋਂ ਵੀ ਤੁਸੀਂ ਆਓ ਵੀ ਜੇ ਤਾਂ ਡਿਸਲੈਕਸ਼ਨ ਹੋਏ ਨਾ ਹੋਏ ਵੀ ਇਹਦੇ 'ਚ ਜ਼ਿੰਮੇਵਾਰੀ ਸਾਡੀ ਕੋਈ ਨਹੀਂ। ਬਾਬਾ ਕਹਿੰਦਾ ਤੂੰ ਆਉਂਦਾ ਰਹਿ ਹੋ ਜਾਊਗੀ, ਉਹ ਯੋਗਤਾ ਬਣਾਊਗਾ, ਉਹਦੇ ਅੰਦਰ ਇਹ ਸਮਰੱਥ ਹੈ, ਉਹ ਸਾਨੂੰ ਉਸ ਯੋਗ ਬਣਾਏਗਾ। ਬਸ ਤੇਰਾ ਕੰਮ ਆ ਵੀ ਤੂੰ ਆ ਕੇ ਸਿਰ ਰੱਖ ਦੇ, ਕਹਿ ਦੇ ਬਾਬਾ ਖਾਲੀਏ, ਆਪਣੇ ਕੋਲ ਨਹੀਂ ਕੁਝ ਹੈਗਾ, ਆਪਾਂ ਨਹੀਂ ਕਰਨ ਜੋਗੇ ਜੋ ਤੂੰ ਕਹਿੰਦਾ, ਸਾਡੀ ਕੋਈ ਸਮਰੱਥਾ ਨਹੀਂ, ਅਸੀਂ ਤਾਂ ਔਗੁਣ ਭਰੇ ਹਾਂ, ਏਕ ਗੁਣ ਨਾਹੀਂ ਅੰਮ੍ਰਿਤ ਛਾਟ ਭਿਖੇ ਭਿਖਾਏ, ਮਾਇਆ ਮੋਹ ਪਰਮ ਪੈ ਪੂਲੇ ਸੁੱਤ ਦਾਰਾ ਸੁਪ੍ਰੀਤ ਲਗਾਈ, ਸਾਡੇ ਕੋਲ ਕੋਈ ਸਮਰੱਥਾ ਨਹੀਂ। ਫਿਰ ਵਿਖਾਊਗਾ ਬਾਬਾ ਸੰਗਤ ਦਾ ਰਾਹ, ਔਰ ਜਦੋਂ ਵਿਖਾਊਗਾ ਫਿਰ ਪ੍ਰਾਪਤੀ ਯਕੀਨੀ ਹੈ। ਔਰ ਜਿੱਥੋਂ ਅਸੀਂ ਸਟਾਰਟ ਕੀਤੀ ਆਪਣੀ ਗੱਲ ਸ਼ੁਰੂ ਕੀਤੀ, ਸਮਾਪਤੀ ਵੀ ਉੱਥੇ ਹੀ ਹੈ। ਬਸ ਸਾਨੂੰ ਇਹ ਮਹਿਸੂਸ ਹੋਵੇ ਜਦੋਂ ਅਸੀਂ ਮਹਾਰਾਜ ਜੀ ਦੇ ਪੁਰਬ ਮਨਾਉਂਦੇ ਹਾਂ, ਇਕੱਠੇ ਹੁੰਦੇ ਹਾਂ, ਸਾਡੇ ਅੰਦਰ ਜਿਗਿਆਸਾ ਹੁੰਦੀ ਹੈ। ਗੱਲ ਇਹ ਨਹੀਂ ਵੀ ਅਸੀਂ ਤਿਆਰੀ ਕਿੰਨੀ ਕਰੀਏ, ਅਸੀਂ ਕੱਪੜੇ ਕਿਵੇਂ ਦੇ ਪਾਉਣੇ ਨੇ, ਅਸੀਂ ਕੀ ਕਰਨਾ ਹੈ, ਇਹ ਗੱਲਾਂ ਬਹੁਤ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ। ਗੱਲ ਇਹ ਮਾਇਨੇ ਰੱਖਦੀ ਹੈ ਅਸੀਂ ਵਿਚਾਰਨਾ ਹੈ, ਪਿਛਲੇ ਸਾਲ ਵੀ ਇੱਥੇ ਹੀ ਬੈਠੇ ਸਾਂ, ਐਵੇਂ ਬੈਠੇ ਸਾਂ, ਐਵੇਂ ਗੱਲਾਂ ਸੁਣੀਆਂ, ਜ਼ਿੰਦਗੀ ਦਾ ਇੱਕ ਸਾਲ ਸਫ਼ਰ ਤੈਅ ਕਰ ਗਿਆ, ਆਪਾਂ ਅਜੇ ਵੀ ਉੱਥੇ ਹੀ ਹਾਂ, ਉਦੋਂ ਥੱਲੇ ਗਏ ਹਾਂ ਕਿ ਉਦੋਂ ਉੱਤੇ ਗਏ ਹਾਂ। ਯਕੀਨਨ ਸਾਧ ਸੰਗਤ ਜੀ ਹਰ ਦਿਨ ਹਰ ਪਲ ਇਹ ਗੱਲ ਦੀ ਵਿਚਾਰ ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਸਿੱਖਿਆ ਦੇ ਨਾਲ ਸਿੱਖ ਨੂੰ ਦਿੰਦਾ ਵੀ ਤੂੰ ਇਹ ਸੋਚਣਾ, ਤੂੰ ਇਹ ਵਿਚਾਰਨਾ ਵੀ ਆਪਾਂ ਕਿੱਥੇ ਹਾਂ। ਔਰ ਬਹੁਤੀ ਵਾਰੀ ਇਹ ਹੀ ਵੇਖੀਦਾ ਵੀ ਜਿੱਥੇ ਸੀਗੇ ਉਦੋਂ ਥੱਲੇ ਚਲੇ ਗਏ, ਅੱਗੇ ਨਹੀਂ ਤੁਰੇ।
ਤਾਂ ਸੈਲੀਬ੍ਰੇਸ਼ਨ ਕੀ ਹੋਈ ਫਿਰ? ਸਗੋਂ ਸਾਡੇ ਵਾਸਤੇ ਤਾਂ ਥੋੜ੍ਹਾ ਮਨ 'ਤੇ ਪ੍ਰੈਸ਼ਰ ਲੈਣ ਵਾਲੀ ਗੱਲ ਹੋ ਗਈ ਨਾ, ਵੀ ਸੋਚਣ ਵਾਲੀ ਗੱਲ ਹੋ ਗਈ ਵੀ ਯਾਰ ਲੱਭਿਆ ਤਾਂ ਕੁਝ ਨਹੀਂ, ਵੀ ਇੱਕ ਸਾਲ ਫਿਰ ਉੱਥੇ ਦੇ ਉੱਥੇ ਹੀ ਹਾਲੇ। ਤੋ ਮਹਾਰਾਜ ਬਾਣੀ 'ਚ ਤਾਂ ਵਾਰ ਵਾਰ ਸਾਨੂੰ ਤਾਕੀਦ ਕਰਦੇ ਨੇ ਵੀ ਵਕਤ ਜਾਂਦਾ ਹੈ, ਉਸ ਵਕਤ ਦੇ ਵਿੱਚ ਇਨਸਾਨ ਸੰਭਲੇ ਔਰ ਸੰਭਲੇ ਆਪਣੇ ਗੁਰੂ ਵਾਸਤੇ, ਉਹਦੇ ਕੋਲ ਜਾਏ। ਹਮ ਅੰਧਲੇ ਅੰਧ ਵੇਖੈ ਵਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ। ਇਹ ਅਰਦਾਸ ਹੈ ਬਸ, ਇਸ ਅਰਦਾਸ ਤੋਂ ਅਸੀਂ ਸ਼ੁਰੂ ਹੋਈ ਵਿਚਾਰ, ਇਸ ਅਰਦਾਸ 'ਤੇ ਹੀ ਸਾਹਿਬ ਦੀ ਰਹਿਮਤ ਨਾਲ ਸਮਾਪਤੀ ਹੈ। ਗੁਰੂ ਰਹਿਮਤ ਕਰਕੇ ਸਾਡੇ ਅੰਦਰ ਉਹ ਜਿਗਿਆਸਾ ਦਾ, ਉਹ ਚੇਤਨਾ ਦਾ ਦੀਵਾ ਬਾਲੇ, ਜਿਹਦੇ ਨਾਲ ਅਸੀਂ ਗੁਰੂ ਤੋਂ ਕੁਝ ਲੈਣ ਦੇ ਯੋਗ ਹੋ ਸਕੀਏ। ਸਾਡਾ ਸਿਰ ਉਹਦੇ 'ਚ ਕਦਮਾਂ 'ਤੇ ਇਸ ਵਾਸਤੇ ਚੁੱਕੇ ਵੀ ਇਹ ਖਾਲੀ ਆ, ਇਹਦੇ ਵਿੱਚ ਕੁਝ ਪਾ ਦੇ, ਔਰ ਯਕੀਨਨ ਪਾਏਗਾ। ਗੁਰਸਿੱਖ ਮੀਤ ਚੱਲੋ ਹੋ ਗੁਰੂ ਚਾਲੀ, ਜੋ ਗੁਰ ਕਹੈ ਸੋਈ ਪਲ ਮਨ ਹੋ, ਹਰ ਹਰ ਕਥਾ ਨਿਰਾਲੀ। ਕਿਰਪਾਲੂ ਪਾਤਸ਼ਾਹ ਜੀ ਰਹਿਮਤ ਕਰਨ, ਸਾਨੂੰ ਇਹ ਅਰਦਾਸ ਕਰਨ ਦੀ ਜਾਚ ਦੱਸਦੇ ਨੇ, ਆਪਣੇ ਦਰ ਤੋਂ ਤਰਸ ਕਰਕੇ, ਰਹਿਮਤ ਕਰਕੇ, ਬਖਸ਼ਿਸ਼ ਕਰਕੇ ਇਹ ਦਾਤ ਸਾਡੇ ਸਾਰਿਆਂ ਦੀ ਝੋਲੀ ਪਾ ਦੇਣ, ਤਾਂ ਜੋ ਸਾਡਾ ਵੀ ਕਿਸੇ ਰੂਪ ਦੇ ਵਿੱਚ ਇੱਥੇ ਆਉਣਾ, ਸੰਸਾਰ 'ਚ ਆਉਣਾ, ਇਸ ਜਨਮ 'ਚ ਆਉਣਾ ਸਫਲ ਹੋਵੇ। ਭੁੱਲ ਚੁੱਕ ਦੇਖੇ ਮਾਂ, ਆਪ ਸਭ ਉਸ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾਲੂ ਜੀ ਕਾ ਬੇਅੰਤ ਸ਼ੁਕਰ, ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।